ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦੇ ਕਰੰਟ ਅਫੇਅਰਸ ਦੇ ਵਿੱਚ ਅੱਜ 7 ਦਸੰਬਰ 2021 ਅਤੇ ਦੋਸਤੋ ਅੱਜ ਆਰਮਡ ਫੋਰਸਸ ਫਲੈਗ ਡੇ ਵੀ ਹੈ ਉਸ ਦੀ ਵੀ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਤਾਂ ਸਭ ਤੋਂ ਪਹਿਲਾਂ ਜੋ ਸਟੂਡੈਂਟਸ ਮੈਂ ਉਮੀਦ ਕਰਦਾ ਹਾਂ ਕਿ ਸਵੇਰੇ 7 ਦਾ ਸੈਸ਼ਨ ਤੁਹਾਨੂੰ ਬਹੁਤ ਚੰਗਾ ਲੱਗ ਰਿਹਾ ਹੋਵੇਗਾ ਜਿਹਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਦੇਸ਼ ਦੁਨੀਆ ਦੀਆਂ ਮੋਸਟ ਇੰਪੋਰਟੈਂਟ ਜੋ ਕਰੰਟ ਅਫੇਅਰਸ ਨੇ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਤਾਂ ਤੁਸੀਂ ਇਸ ਨੂੰ ਹੈ ਸ਼ੇਅਰ ਅਤੇ ਜੋ ਲਾਈਕ ਹੈ ਜ਼ਰੂਰ ਕਰ ਦਿਆ ਕਰੋ ਜੇ ਤੁਹਾਨੂੰ ਇਹ ਪਸੰਦ ਆਉਂਦੇ ਨੇ ਅਤੇ ਆਪਣੇ ਵੈਲਿਊਬਲ ਜੋ ਸੁਜੈਸ਼ਨਸ ਨੇ ਉਹ ਵੀ ਨਾਲ ਜ਼ਰੂਰ ਦਿਆ ਕਰੋ ਤਾਂ ਦੋਸਤੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੀ ਅੱਜ ਦਾ ਜੋ ਵਿਚਾਰ ਹੈ ਵਿਨਸੈਂਟ ਵੈਨ ਜੀ ਨੇ ਲਿਖਿਆ ਸੀ ਦੇਰ ਇਜ਼ ਏ ਪੀਸ ਇਨ ਦਾ ਸਟੋਰਮ ਤਾਂ ਦੋਸਤੋ ਜੇ ਬਹੁਤ ਸਾਰੇ ਜੋ ਤੂਫਾਨ ਹੋਣ ਇੱਕ ਵਾਰ ਦੇ ਵਿੱਚ ਵੀ ਸੈਂਕੜੋ ਤੂਫਾਨ ਹੋਣ ਈਵਨ ਉਸ ਦੇ ਵਿੱਚ ਵੀ ਇੱਕ ਸ਼ਾਂਤੀ ਹੁੰਦੀ ਹੈ ਹੁਣ ਇੱਥੇ ਸਾਡੇ ਮਤਲਬ ਦੀ ਗੱਲ ਕੀ ਹੈ ਕਿ ਉਸ ਦੇ ਵਿੱਚ ਵੀ ਜੇ ਦੁਨੀਆ ਦੇ ਵਿੱਚ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਤਕਲੀਫਾਂ ਨੇ ਬਹੁਤ ਸਾਰੀਆਂ ਜੋ ਹੈ ਸਾਨੂੰ ਹਾਰਾਂ ਦਾ ਸਾਹਮਣਾ ਕਰਨਾ ਪਿਆ ਤਾਂ ਦੋਸਤੋ ਉਸ ਦੇ ਵਿੱਚ ਵੀ ਜੋ ਹੈ ਇੱਕ ਉਮੀਦ ਦੀ ਕਿਰਨ ਹੈ ਸਾਨੂੰ ਜ਼ਰੂਰ ਜੋ ਹੈ ਅਸੀਂ ਜੇ ਧਿਆਨ ਨਾਲ ਦੇਖੀਏ ਜ਼ਰੂਰ ਦਿਖਦੀ ਹੈ ਅਤੇ ਇਹ ਜੋ ਉਮੀਦ ਦੀ ਕਿਰਨ ਹੈ ਇਹ ਜੋ ਕਾਇਨਤ ਹੈ ਨੇਚਰ ਹੈ ਵਾਹਿਗੁਰੂ ਹੈ ਉਹ ਸਾਨੂੰ ਜ਼ਰੂਰ ਦਿਖਾਉਂਦਾ ਹੈ ਬਸ ਗੱਲ ਹੈ ਉਸਨੂੰ ਦੇਖਣ ਦੀ ਗੱਲ ਹੈ ਉਸ 'ਤੇ ਵਿਸ਼ਵਾਸ ਕਰਨ ਦੀ ਤਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਕਰੰਟ ਅਫੇਅਰਸ ਦੀ ਤਾਂ ਦੋਸਤੋ ਕੱਲ੍ਹ 6 ਦਸੰਬਰ ਸੀ ਅਤੇ ਕੱਲ੍ਹ ਦੇਹੀ ਦਿਨ 6 ਦਸੰਬਰ ਨੂੰ ਹੈ ਬਾਬਾ ਸਾਹਿਬ ਅੰਬੇਦਕਰ ਬੀ ਆਰ ਅੰਬੇਦਕਰ ਜੀ ਦੀ ਜੋ ਹੈ ਡੈਥ ਐਨੀਵਰਸਰੀ ਸੀ ਅਤੇ ਇੱਥੇ ਸਪੈਸ਼ਲੀ ਮੈਂ ਦੱਸਣਾ ਚਾਹਾਂਗਾ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਅੰਤਲੇ ਸਮੇਂ ਦੇ ਵਿੱਚ ਜੋ ਹੈ ਬੁੱਧ ਧਰਮ ਨੂੰ ਹੈ ਅਪਣਾ ਲਿਆ ਸੀ ਅਤੇ ਬੁੱਧ ਧਰਮ ਦੇ ਵਿੱਚ ਜਦੋਂ ਕੋਈ ਬਹੁਤ ਵੱਡੀ ਹਸਤੀ ਦੀ ਜੋ ਲਾਈਫ ਪੂਰੀ ਹੋ ਜਾਂਦੀ ਹੈ ਉਸ ਨੂੰ ਮਹਾਪਰਿਨਿਰਵਾਣਾ ਬੋਲਦੇ ਨੇ ਤਾਂ ਗਵਰਨਮੈਂਟ ਆਫ ਇੰਡੀਆ 6 ਦਸੰਬਰ ਨੂੰ ਮਹਾਪਰਿਨਿਰਵਾਣਾ ਦਿਵਸ ਦੇ ਰੂਪ ਦੇ ਵਿੱਚ ਇਸ ਨੂੰ ਓਬਜ਼ਰਵ ਕਰਦੀ ਹੈ ਤਾਂ ਇਹਨਾਂ ਦੀ ਜੇ ਗੱਲ ਕਰੀਏ ਬੀ ਆਰ ਅੰਬੇਦਕਰ ਦੀ ਬਹੁਤ ਸਾਰੇ ਪ੍ਰਸ਼ਨ ਨੇ ਜਿਵੇਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਸਭ ਨੂੰ ਕਿ ਬੀ ਆਰ ਅੰਬੇਦਕਰ ਜੋ ਭਵਨ ਹੈ ਇੱਕ ਮਿਊਜ਼ੀਅਮ ਹੈ ਪੰਜਾਬ ਗਵਰਨਮੈਂਟ ਨੇ ਰੀਸੈਂਟਲੀ ਅਨਾਊਂਸ ਕੀਤਾ ਸੀ ਉਹ ਕਿੱਥੇ ਜੋ ਹੈ ਬਣਨ ਜਾ ਰਿਹਾ ਹੈ ਜਲਦੀ ਨਾਲ ਤੁਸੀਂ ਮੈਨੂੰ ਦੱਸੋ ਕਮੈਂਟ ਬਾਕਸ ਦੇ ਵਿੱਚ ਅਤੇ ਦੋਸਤੋ ਨਾਲ ਹੀ ਨਾਲ ਜੋ ਹੈ ਇਹਨਾਂ ਲਈ ਅਸੀਂ ਗੱਲ ਕਰੀਏ ਇਹ ਭਾਰਤ ਦੇ ਪਹਿਲੇ ਲਾਅ ਐਂਡ ਲੇਬਰ ਮਿਨਿਸਟਰ ਸਨ ਇਹਨਾਂ ਨੂੰ ਅਸੀਂ ਸੰਵਿਧਾਨ ਦਾ ਜੋ ਪਿਤਾਮਾ ਫਾਦਰ ਆਫ ਅਵਰ ਕੋਨਸਟੀਟਿਊਸ਼ਨ ਬੋਲਦੇ ਹਾਂ ਇਹਨਾਂ ਨੇ ਹੀ ਜੋ ਕੁਐਸਚਨ ਜੋ ਇਹਨਾਂ ਨਾਲ ਰਿਲੇਟਡ ਨੇ ਜਿਵੇਂ ਕਿ ਇਹਨਾਂ ਨੇ ਆਰਟੀਕਲ 32 ਨੂੰ ਹੈ ਦੋਸਤੋ ਜੋ ਉਸ ਨੂੰ ਹਰਟ ਐਂਡ ਸੋਲ ਆਫ ਕੋਨਸਟੀਟਿਊਸ਼ਨ ਕਿਹਾ ਸੀ ਜਿਸ ਦੇ ਅਧੀਨ ਜੋ ਹੈ ਜੇ ਸਾਡਾ ਕੋਈ ਵੀ ਫੰਡਾਮੈਂਟਲ ਰਾਈਟ ਵਾਇਲੇਟ ਹੁੰਦਾ ਉਸ ਦੇ ਉਸ ਉਹਨਾਂ ਦੇ ਖਿਲਾਫ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਰਿਟ ਪਾ ਸਕਦੇ ਹਾਂ ਤਾਂ ਇਸ ਤਰ੍ਹਾਂ ਦੇ ਬੜੇ ਸਾਰੇ ਇੰਪੋਰਟੈਂਟ ਕੁਐਸਚਨਸ ਨੇ ਤਾਂ ਉਹ ਸਾਨੂੰ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨੇ ਲੇਕਿਨ ਸਾਡੀ ਜ਼ਿੰਦਗੀ ਨੂੰ ਸਾਡੀ ਦੁਨੀਆ ਨੂੰ ਸਾਡੇ ਸਮਾਜ ਨੂੰ ਬਦਲਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਹੈ ਤਾਂ ਇਹ ਪੂਰਾ ਜੋ ਹੈ ਅੱਜ ਨਿਊਜ਼ਪੇਪਰ ਦੇ ਵਿੱਚ ਆਇਆ ਹੋਇਆ ਸੀ ਕਿ 18ਵੀਂ ਸਦੀ ਤੋਂ ਲੈ ਕੇ ਦੋਸਤੋ ਫਿਰ ਉਸ ਤੋਂ ਬਾਅਦ ਜਿਵੇਂ 1950 ਦੇ ਵਿੱਚ ਜਦੋਂ ਸੰਵਿਧਾਨ ਦੇ ਵਿੱਚ ਇਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਕਿਵੇਂ ਇਹਨਾਂ ਨੇ ਹੈ ਨਵੇਂ ਸੰਵਿਧਾਨ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਦੇ ਕੇ ਭਾਰਤ ਦੀ ਉਹ ਹਜ਼ਾਰਾਂ ਸਾਲ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਇਹ ਕਿਸ ਤਰ੍ਹਾਂ ਹੈ ਬਦਲਿਆ ਤਾਂ ਦੋਸਤੋ ਬੀ ਆਰ ਅੰਬੇਦਕਰ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਹੈ ਕੱਲ੍ਹ ਪਾਰਲੀਮੈਂਟ ਦੇ ਵਿੱਚ ਹੈ ਆਪਣੇ ਜੋ ਹੈ ਸ਼ਰਧਾ ਸੁਮਨ ਦੇ ਫੁੱਲ ਵੀ ਦੇ ਰਹੇ ਨੇ ਫਿਰ ਦੂਜਾ ਜੋ ਸਕੀਮ ਅਸੀਂ ਕੱਲ੍ਹ ਦੇਖੀ ਮੈਂ ਪੰਜਾਬ ਗਵਰਨਮੈਂਟ ਨੇ ਇਹ ਕੱਲ੍ਹ ਇੱਕ ਆਪਣੀ ਸਕੀਮ ਬਸੇਰਾ ਦੀ ਜੋ ਹੈ ਐਡਵਰਟਾਈਜ਼ਮੈਂਟ ਕੀਤੀ ਹੋਈ ਸੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੇ ਪੇਪਰ ਦੇ ਵਿੱਚ ਪੁੱਛਿਆ ਜਾਵੇ ਕਿ ਬਸੇਰਾ ਸਕੀਮ ਕਿਸ ਸਟੇਟ ਨਾਲ ਜੁੜੀ ਹੈ ਤਾਂ ਪੰਜਾਬ ਨਾਲ ਜੁੜੀ ਹੈ ਅਤੇ ਪੰਜਾਬ ਨਾਲ ਕਿਵੇਂ ਜੁੜੀ ਹੈ ਜੋ ਵੀ ਝੁੱਗੀ ਝੌਂਪੜੀ ਵਾਲੇ ਨੇ ਸਲਮ ਡਵੈਲਰਸ ਤਾਂ ਉਹਨਾਂ ਨੂੰ ਜਿੱਥੇ ਵੀ ਉਹ ਰਹਿ ਰਹੇ ਨੇ ਦੋਸਤੋ ਉਹਨਾਂ ਨੂੰ ਉਸ ਜ਼ਮੀਨ ਦੇ ਹੈ ਪ੍ਰੋਪਰਟਾਇਰੀ ਰਾਈਟਸ ਟੂ ਬੀ ਗਿਵਨ ਜਿਵੇਂ ਕਿ ਅਸੀਂ ਗੱਲ ਕੀਤੀ ਸੀ ਕਿ ਮੇਰਾ ਘਰ ਮੇਰੇ ਨਾਮ ਸਕੀਮ ਉੱਥੇ ਜੋ ਹੈ ਸਪੈਸੀਫਿਕ ਅਸੀਂ ਜੋ ਹੈ ਜੋ ਵੀ ਜਿੱਥੇ ਵੀ ਰਹਿ ਰਿਹਾ ਪਿੰਡ ਦੇ ਵਿੱਚ ਲਾਲ ਲਕੀਰ ਦੇ ਵਿੱਚ ਰਹਿ ਰਿਹਾ ਹੈ ਉਹਨਾਂ ਨੂੰ ਹੈ ਉਹ ਜ਼ਮੀਨ ਦੇ ਹੱਕ ਦਿੱਤੇ ਗਏ ਸੀ ਲੇਕਿਨ ਇੱਥੇ ਸਪੈਸੀਫਿਕ ਗੱਲ ਹੈ ਚਾਹੇ ਉਹ ਸ਼ਹਿਰਾਂ ਦੇ ਵਿੱਚ ਰਹਿਣ ਚਾਹੇ ਉਹ ਪਿੰਡਾਂ ਦੇ ਵਿੱਚ ਜੋ ਝੁੱਗੀ ਝੌਂਪੜੀ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੈ ਉਹਨਾਂ ਦੇ ਜਿੱਥੇ ਵੀ ਉਹ ਰਹਿ ਰਹੇ ਨੇ ਉਸ ਪ੍ਰੋਪਰਟੀ ਦੇ ਜੋ ਰਾਈਟਸ ਨੇ ਉਸ ਜ਼ਮੀਨ ਦੇ ਜੋ ਰਾਈਟਸ ਹੈ ਦੇਣ ਦੀ ਗੱਲ ਕੀਤੀ ਹੈ ਇਨ ਦਾ ਮਿਸ਼ਨ ਮੋਡ ਅਤੇ ਇਸ ਸਕੀਮ ਦਾ ਜੋ ਨਾਮ ਹੈ ਪੰਜਾਬ ਗਵਰਨਮੈਂਟ ਨੇ ਰੱਖਿਆ ਹੈ ਬਸੇਰਾ ਹਾਂਜੀ ਅਸੀਂ ਯਾਦ ਰੱਖਣਾ ਹੈ ਫਿਰ ਤੀਜੀ ਜੋ ਖਬਰ ਹੈ ਇਹ ਇਸ ਭੁਵਨੇਸ਼ਵਰ ਤੋਂ ਹੈ ਉੜੀਸਾ ਤੋਂ ਹੈ ਤਾਂ ਅਸੀਂ ਦੇਖ ਰਹੇ ਸੀ ਕੱਲ੍ਹ ਵੀ ਮੈਂ ਜ਼ਿਕਰ ਕੀਤਾ ਸੀ ਕਿ ਜੂਨੀਅਰ ਵਰਲਡ ਕੱਪ ਜੂਨੀਅਰ FIH ਜੂਨੀਅਰ ਹਾਕੀ ਵਰਲਡ ਕੱਪ ਹੈ ਹੋ ਰਿਹਾ ਸੀ ਇਹ ਅਤੇ ਇਸ ਹਾਕੀ ਵਰਲਡ ਕੱਪ ਦੇ ਵਿੱਚ ਭਾਰਤ ਜਿੱਥੇ ਬ੍ਰੌਂਜ ਮੈਡਲ ਵੀ ਜਿੱਤਣ ਤੋਂ ਰਹਿ ਗਿਆ ਹੈ ਬ੍ਰੌਂਜ ਮੈਡਲ ਇਸ ਦਾ ਹੁਣ ਫਰਾਂਸ ਨੇ ਜਿੱਤ ਲਿਆ ਹੈ ਅਤੇ ਇਸ ਦਾ ਫਾਈਨਲ ਜਰਮਨੀ ਅਤੇ ਅਰਜਨਟੀਨਾ ਵਿਚਕਾਰ ਹੋਇਆ ਸੀ ਜਿਹਦੇ ਵਿੱਚ ਅਰਜਨਟੀਨਾ ਨੇ ਇਸ ਨੂੰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਜੀ ਤਾਂ ਗੋਲਡ ਮੈਡਲ ਜੋ ਹੈ ਇਸ ਵਾਰ ਜੂਨੀਅਰ ਵਰਲਡ ਕੱਪ ਦਾ ਉਹ ਜੋ ਉੜੀਸਾ ਦੇ ਵਿੱਚ ਹੋਇਆ ਸੀ ਅਰਜਨਟੀਨਾ ਨੇ ਜਿੱਤਿਆ ਫਿਰ ਜੋ ਸਿਲਵਰ ਮੈਡਲ ਹੈ ਜਰਮਨੀ ਅਤੇ ਬ੍ਰੌਂਜ ਮੈਡਲ ਹੈ ਉਹ ਫਰਾਂਸ ਨੇ ਇੰਡੀਆ ਨੂੰ ਹਰਾ ਕੇ ਹੈ ਜਿੱਤ ਲਿਆ ਹੈ ਅਤੇ ਇਸ ਦਾ ਪੂਰਾ ਆਯੋਜਨ ਹੈ ਉਹ ਉੜੀਸਾ ਦੇ ਵਿੱਚ ਹੋਇਆ ਨਾਲ ਹੀ ਨਾਲ ਤੁਹਾਨੂੰ ਦੱਸਣਾ ਚਾਹਾਂਗਾ ਕਿ 2023 ਦਾ ਜੋ ਸੀਨੀਅਰ ਵਰਲਡ ਹੋਏਗਾ
ਵਰਲਡ ਕੱਪ ਹੋਕੀ ਹੋਏਗਾ ਉਹ ਵੀ ਹਿੰਦੁਸਤਾਨ ਦੇ ਵਿੱਚ ਉੜੀਸਾ ਦੇ ਵਿੱਚ ਹੀ ਹੋਵੇਗਾ। ਨਾਲ ਹੀ ਨਾਲ ਪਹਿਲਾਂ ਵੀ ਕਾਫੀ ਵਾਰ ਇਸ ਚੀਜ਼ ਦਾ ਮੈਂ ਜ਼ਿਕਰ ਕਰ ਚੁੱਕਿਆ ਕਿ 2025 ਤੱਕ ਚਾਹੇ ਉਹ ਇੰਡੀਅਨ ਵੁਮੈਨਸ ਹੋਕੀ ਟੀਮ ਹੋਵੇ ਚਾਹੇ ਉਹ ਇੰਡੀਅਨ ਮੈਨਸ ਹੋਕੀ ਟੀਮ ਹੋਵੇ, ਦੋਨਾਂ ਦੀ ਜੋ ਸਪੋਂਸਰਸ਼ਿਪ ਹੈ ਉਹ ਉੜੀਸਾ ਦੀ ਗੌਰਮੈਂਟ ਹੀ ਕਰ ਰਹੀ ਹੈ। ਨਵੀਨ ਪਟਨਾਇਕ ਜੀ ਨੇ ਇਸ ਦੇ ਵਿੱਚ ਬਹੁਤ ਵੱਡਾ ਰੋਲ ਹੈ ਨਿਭਾਇਆ ਹੈ। ਅਤੇ ਦੋਸਤੋ ਅੱਗੇ ਜੋ ਹੈ ਅਗਲਾ ਜੋ ਪ੍ਰਸ਼ਨ ਹੈ ਉਹ ਜਰਮਨੀ ਨਾਲ ਜੁੜਿਆ ਹੈ। ਤਾਂ ਜਰਮਨੀ ਦੇ ਵਿੱਚ ਫਿਲਹਾਲ ਜੋ ਹੈ ਰੀਸੈਂਟਲੀ ਵੋਟਾਂ ਪਈਆਂ ਸੀ, ਲੇਕਿਨ ਕਿਸੇ ਵੀ ਉੱਥੋਂ ਦੀ ਪਾਰਟੀ ਨੂੰ ਹੈ ਬਹੁਮਤ ਨਹੀਂ ਆ ਸਕਿਆ। ਸਭ ਤੋਂ ਪਹਿਲਾਂ ਮੈਂ ਦੱਸ ਦੇਵਾਂ ਉੱਥੇ ਜੋ ਟੋਪ ਮੋਸਟ ਪੋਜੀਸ਼ਨ ਹੈ, ਜੋ ਸਭ ਤੋਂ ਪਾਵਰਫੁਲ ਪੋਜੀਸ਼ਨ ਹੈ, ਉਸ ਨੂੰ ਚਾਂਸਲਰ ਕਿਹਾ ਜਾਂਦਾ ਹੈ। ਜਿਵੇਂ ਹਿੰਦੁਸਤਾਨ ਦੇ ਵਿੱਚ ਜੋ ਸਭ ਤੋਂ ਟੋਪ ਮੋਸਟ ਪੋਜੀਸ਼ਨ ਹੈ, ਜੋ ਸਭ ਤੋਂ ਪਾਵਰਫੁਲ ਪੋਜੀਸ਼ਨ ਹੈ, ਅਸੀਂ ਜਿਵੇਂ ਉਸਨੂੰ ਪ੍ਰਧਾਨ ਮੰਤਰੀ ਬੋਲਦੇ ਹਾਂ, ਉੱਥੇ ਉਸਨੂੰ ਚਾਂਸਲਰ ਬੋਲਿਆ ਜਾਂਦਾ ਹੈ। ਅਤੇ ਫਿਲਹਾਲ ਉੱਥੋਂ ਦੀ ਜੋ ਪਾਰਟੀ ਸੀ ਕਾਫੀ ਸਾਲਾਂ ਤੋਂ ਚਾਂਸਲਰ ਸਨ ਦੋਸਤੋ, ਐਂਜਲਾ ਮਾਰਕਲ ਜੀ ਇਲੈਕਸ਼ਨ ਹਾਰ ਗਏ ਨੇ, ਅਤੇ ਉੱਥੋਂ ਦੇ ਜੋ ਨਵੇਂ ਜੋ ਚਾਂਸਲਰ ਬਣਨ ਦੀ ਦੌੜ ਦੇ ਵਿੱਚੋਂ ਸਭ ਤੋਂ ਅੱਗੇ ਨੇ, ਦੈਟ ਵਾਜ਼ ਦਾ ਸਕੋਲ, ਇਹਨਾਂ ਦਾ ਜੋ ਪੂਰਾ ਨਾਮ ਹੈ ਦੈਟ ਇਜ਼ ਦਾ ਓਲਫ ਸਕੋਲਸ, ਜੋ ਕਿ ਹੁਣ ਨਵੇਂ ਚਾਂਸਲਰ ਬਣਦੇ ਬਹੁਤ ਹੀ ਜ਼ਿਆਦਾ ਨਜ਼ਦੀਕ ਨੇ, ਕਿਉਂਕਿ ਦੂਜੀਆਂ ਪਾਰਟੀਆਂ ਦੇ ਨਾਲ ਸਮਝੌਤਾ ਹੁਣ ਲਗਭਗ ਇਹਨਾਂ ਦਾ ਜੋ ਹੈ ਹੋ ਚੁੱਕਿਆ ਹੈ। ਸੈਕਿੰਡ ਪਾਰਟੀ ਅਪਰੂਵ ਡੀਲ ਫੋਰ ਦਾ ਸਕੋਲਸ ਨਿਊ ਜਰਮਨ ਗੌਰਮੈਂਟ। ਤਾਂ ਹੋਰ ਪਾਰਟੀਆਂ ਨੇ ਵੀ ਇਹਨਾਂ ਨਾਲ ਸਮਝੌਤਾ ਕਰਨ ਦੇ ਵਿੱਚ ਹੈ ਜੋ ਆਪਣੀ ਸਹਿਮਤੀ ਜਤਾ ਦਿੱਤੀ ਹੈ। ਤਾਂ ਜਰਮਨੀ ਉੱਥੋਂ ਦੀ ਜੋ ਕੈਪੀਟਲ ਹੈ ਉਹ ਬਰਲਿਨ ਹੈ, ਅਤੇ ਉੱਥੋਂ ਦੀ ਜੋ ਕਰੰਸੀ ਹੈ ਉਹ ਯੂਰੋ ਹੈ ਜੀ। ਇਹ ਦੋਸਤੋ ਅਗਲਾ ਜੋ ਪ੍ਰਸ਼ਨ ਹੈ, ਤਾਂ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਕਵੀ, ਇੱਕ ਲੈਜੈਂਡਰੀ ਜੋ ਕਵੀ ਭਾਈ ਵੀਰ ਸਿੰਘ, ਤਾਂ ਭਾਈ ਵੀਰ ਸਿੰਘ ਜੀ ਦੀ ਗੱਲ ਕਰੀਏ ਤਾਂ ਭਾਈ ਵੀਰ ਸਿੰਘ ਦੀ ਜੋ ਹੈ ਦੋਸਤੋ 149 ਜੋ ਹੈ ਬਰਸੀ ਹੈ ਉਸ 'ਤੇ ਉਹਨਾਂ ਬਹੁਤ ਸਾਰੇ ਫੰਕਸ਼ਨਸ ਕੀਤੇ ਗਏ ਪੰਜਾਬ ਅਤੇ ਪੰਜਾਬ ਤੋਂ ਬਾਹਰ। ਅਤੇ ਕਿਉਂਕਿ ਸਾਡੇ ਪੰਜਾਬ ਪੰਜਾਬੀ ਲੈਂਗੁਏਜ ਨਾਲ ਜੁੜਿਆ ਜਾਂ ਪੰਜਾਬ ਜੀਕੇ ਨਾਲ ਜੁੜਿਆ ਬਹੁਤ ਹੀ ਮਹੱਤਵਪੂਰਨ ਅਤੇ ਬਹੁਤ ਹੀ ਲੈਜੈਂਡਰੀ ਕਵੀ ਹੋਏ ਨੇ, ਤਾਂ ਇਸ ਲਈ ਮੈਂ ਇਸ ਖਬਰ ਨੂੰ ਵੀ ਇੰਕਲੂਡ ਕੀਤਾ ਹੈ। ਤਾਂ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਬਾਰੇ ਅਸੀਂ ਜੇ ਗੱਲ ਕਰੀਏ ਤਾਂ ਇਹਨਾਂ ਦਾ ਜਨਮ 5 ਦਸੰਬਰ 1872 ਨੂੰ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ, ਇੱਕ ਟ੍ਰੈਡੀਸ਼ਨਲ ਫੈਮਿਲੀ ਦੇ ਵਿੱਚ ਹੋਇਆ ਸੀ। ਅਤੇ ਬਹੁਤ ਸਾਰੀਆਂ ਇਹਨਾਂ ਦੀਆਂ ਜੋ ਪੋਇਮਸ ਨੇ, ਜਿਵੇਂ ਕਿ ਅਸੀਂ ਗੱਲ ਕਰੀਏ ਇਹਨਾਂ ਦੀਆਂ ਬੁੱਕਸ ਦਿਲ ਤਰੰਗ, ਤਰੇਲ ਤੁਕਾ, ਲਹੀਰਾਂ ਦੀ ਹਾਰ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਮੇਰੇ ਸਾਈਓ ਜੀ, ਇਹ ਸਾਰੀਆਂ ਜੋ ਹੈ ਬੜੀ ਮਸ਼ਹੂਰ ਜੋ ਇਹਨਾਂ ਦੀਆਂ ਪੋਇਮਸ ਦੀਆਂ ਬੁੱਕਸ ਰਹੀਆਂ ਨੇ। ਇਸ ਤੋਂ ਇਲਾਵਾ ਇਹਨਾਂ ਨੇ ਸਪਿਰਚੁਅਲੀ ਜੋ ਹੈ ਗੁਰੂ ਸਾਹਿਬ ਜੀ ਦੇ ਉੱਪਰ ਵੀ, ਚਾਹੇ ਉਹ ਪਹਿਲੇ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਹੋਣ ਚਾਹੇ 10ਵੇਂ ਪਾਤਸ਼ਾਹੀ ਹੋਣ, ਤਾਂ ਬਹੁਤ ਸਾਰਾ ਜੋ ਹੈ ਆਪਣਾ ਜੋ ਲਿਟਰੇਚਰ ਹੈ ਗੁਰੂ ਸਾਹਿਬ ਦੇ ਬਾਰੇ ਵੀ ਇਹਨਾਂ ਨੇ ਲਿਖਿਆ ਹੈ। ਇਸ ਲਿਟਰੇਚਰੀ ਜੀਨੀਅਸ ਇੰਕਲੂਡ ਸ਼੍ਰੀ ਗੁਰੂ ਕਲਗੀਧਰ, ਚਮਤਕਾਰ ਵਿਜੇ ਸਿੰਘ ਐਂਡ ਸਤਵੰਤ ਕੌਰ, ਵਨ ਆਲਸੋ ਕੈਨ ਲੁੱਕ ਇਨ ਟੂ ਏ ਹਿਸਟੋਰੀਕਲ ਕਲੈਕਸ਼ਨ ਵਿਦ ਗੁਰੂ ਸ਼੍ਰੀ ਗੁਰੂ ਨਾਨਕ ਚਮਤਕਾਰ ਐਂਡ ਸ਼੍ਰੀ ਅਸ਼ਟੋ ਗੁਰੂ ਚਮਤਕਾਰ। ਤਾਂ ਬਹੁਤ ਸਾਰੀਆਂ ਜੇ ਆਲਰੇਡੀ ਜੋ ਹੈ ਸਪਿਰਚੁਅਲ ਅਤੇ ਧਾਰਮਿਕ ਪੁਸਤਕਾਂ ਵੀ ਇਹਨਾਂ ਨੇ ਲਿਖੀਆਂ ਨੇ। ਤਾਂ 149th ਐਨੀਵਰਸਰੀ, 5 ਜੋ ਹੈ ਦੋਸਤੋ, ਕਿਉਂਕਿ ਇਹ ਜੋ ਸਵੇਰ ਦਾ ਨਿਊਜ਼ ਪੇਪਰ ਹੁੰਦਾ ਤਾਂ ਕੱਲ੍ਹ ਦਾ ਜੋ ਜੋ ਹੈ ਨਿਊਜ਼ ਪੇਪਰ, ਇੱਥੇ ਮੈਂ ਤੁਹਾਨੂੰ ਦੱਸਦਾ ਕਿ ਮੈਕਸੀਮਮ ਜੋ ਖਬਰਾਂ ਹੁੰਦੀਆਂ ਨੇ ਉਹ ਕੱਲ੍ਹ ਦੀਆਂ ਮੈਂ ਡਿਸਕਸ ਕਰਦੇ ਹਾਂ, ਅਤੇ ਕੁਝ ਖਬਰਾਂ ਜੋ ਹੈ ਸ਼ਾਮ ਤੱਕ ਜਿੰਨੀਆਂ ਵੀ ਜੋ ਹੈ ਈਵੈਂਟਸ ਹੋ ਗਏ ਹੁੰਦੇ ਨੇ ਉਹਨਾਂ ਨੂੰ ਵੀ ਡਿਸਕਸ ਕਰਨ ਦੀ ਮੈਂ ਕੋਸ਼ਿਸ਼ ਕਰਦਾ। ਤਾਂ ਦੋਸਤੋ ਇਸ ਮੌਕੇ 'ਤੇ ਦਿੱਲੀ ਦੇ ਵਿੱਚ ਪ੍ਰੋਗਰਾਮ ਹੋਇਆ ਸੀ ਜਿਹਦੇ ਵਿੱਚ ਜੋ ਹੈ ਮਨਮੋਹਨ ਸਿੰਘ ਦੀ ਵਾਈਫ ਗੁਰਸ਼ਰਨ ਕੌਰ ਜੀ ਨੇ ਹਿੱਸਾ ਲਿਆ ਸੀ, ਅਤੇ ਉਹਨਾਂ ਨੇ ਵੀ ਜੋ ਹੈ ਕਾਫੀ ਇਹਨਾਂ ਦੀ ਤਾਰੀਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ। ਤਾਂ ਗੁਰਸ਼ਰਨ ਰਿਲੀਜ਼ ਏ ਸਪੈਸ਼ਲ ਇਸ਼ੂ ਆਫ ਖਾਲਸਾ ਸਮਾਚਾਰ, ਇਹ ਵੀਕਲੀ ਫਾਊਂਡਰ ਬਾਈ ਪੀ ਵੀਰ ਸਿੰਘ ਜੀ 1899। ਤਾਂ 1899 ਦੇ ਵਿੱਚ ਖਾਲਸਾ ਸਮਾਚਾਰ ਨਾਮ ਦਾ ਇੱਕ ਵੀਕਲੀ ਨਿਊਜ਼ ਪੇਪਰ ਸ਼ੁਰੂ ਕੀਤਾ ਸੀ, ਜਿਸ ਦਾ ਇੱਕ ਸਪੈਸ਼ਲ ਐਡੀਸ਼ਨ ਹੈ ਗੁਰਸ਼ਰਨ ਕੌਰ ਜੀ ਨੇ ਦੁਬਾਰਾ ਤੋਂ ਰਿਲੀਜ਼ ਕੀਤਾ ਜੀ। ਫਿਰ ਉਸ ਤੋਂ ਬਾਅਦ ਜੋ ਹੈ ਨੈਕਸਟ ਜੋ ਖਬਰ ਹੈ ਉਹ ਹੈ ਕਿ ਇੰਡੀਆ ਦੀ ਪਹਿਲੀ ਇੰਡੀਜੀਨੀਅਸ, ਮਤਲਬ ਸਾਡੇ ਦੇਸ਼ ਦੇ ਵਿੱਚ ਹੀ ਬਣੀ ਹੋਈ ਵੈਸਲ, ਦੋਸਤੋ ਇਸ ਦੀ ਤਸਵੀਰ ਤੁਸੀਂ ਵੇਖ ਰਹੇ ਹੋਵੋਗੇ, ਤਾਂ ਇਹ ਜੋ ਵੈਸਲ ਹੈ ਇਸ ਨੂੰ ਨੇਵੀ ਡੇ ਵਾਲੇ ਦਿਨ ਹੈ ਕਲਕੱਤਾ ਦੇ ਵਿੱਚ ਹੈ ਲਾਂਚ ਕੀਤਾ ਗਿਆ। ਹਾਲਾਂਕਿ ਇਸਦਾ ਕੁਛ ਨਾਮ ਵਗੈਰਾ ਹੈ ਨਹੀਂ ਦੱਸਿਆ ਗਿਆ, ਸਰਵੇ ਵੈਸਲ ਹੈ, ਅਤੇ ਲੇਕਿਨ ਪਹਿਲੀ ਇੰਡੀਆ ਦੀ ਇੰਡੀਜੀਨੀਅਸ ਸਰਵੇ ਵੈਸਲ ਹੈ ਜਿਹਦਾ ਕਲਕੱਤਾ ਦੇ ਵਿੱਚ ਹੈ ਲਾਂਚ ਕੀਤਾ ਗਿਆ ਜੀ। ਫਿਰ ਅਗਲੀ ਜੋ ਖਬਰ ਹੈ ਸਾਡੀ, ਅਗਲੀ ਖਬਰ ਹੈ ਪੈਕ ਬਾਰੇ, ਪੈਕ ਜਿਸ ਨੂੰ ਅਸੀਂ ਜੋ ਬੋਲਦੇ ਹਾਂ ਪਬਲਿਕ ਅਕਾਊਂਟ ਕਮੇਟੀ। ਤਾਂ ਪਬਲਿਕ ਅਕਾਊਂਟ ਕਮੇਟੀ ਜਿਸ ਦੀ ਸ਼ੁਰੂਆਤ 1921 ਦੇ ਵਿੱਚ ਹੈ ਅੰਗਰੇਜ਼ਾਂ ਦੇ ਟਾਈਮ ਪੀਰੀਅਡ 'ਤੇ ਕੀਤੀ ਗਈ ਸੀ, ਤਾਂ ਉਸ ਤੋਂ ਬਾਅਦ ਦੋਸਤੋ ਇਹ ਆਪਣੇ 100 ਹੈ ਕੰਪਲੀਟ ਕਰ ਰਹੀ ਹੈ। ਤਾਂ ਪਾਰਲੀਮੈਂਟ ਨਾਲ ਜੁੜੀਆਂ ਵੱਖਰੀਆਂ ਵੱਖਰੀਆਂ ਕਮੇਟੀਜ਼ ਨੇ, ਜਿਸ ਦੇ ਵਿੱਚੋਂ ਜੋ ਪਬਲਿਕ ਅਕਾਊਂਟ ਕਮੇਟੀ ਹੈ ਉਹਨਾਂ ਵਿੱਚੋਂ ਸਭ ਤੋਂ ਇੰਪੋਰਟੈਂਟ ਹੈ, ਕਿਉਂਕਿ ਇਹ ਕੈਗ ਪਾਰਲੀਮੈਂਟ ਦੁਆਰਾ ਕੀਤੇ ਗਏ ਜਿੰਨੇ ਵੀ ਜੋ ਖਰਚੇ ਨੇ, ਜਿਨ੍ਹਾਂ ਦਾ ਆਡਿਟ ਦਾ ਕੰਮ ਹੈ ਕੈਗ ਕਰਦੀ ਹੈ। ਕੈਗ ਆਪਣੀ ਜੋ ਫਾਈਨਲ ਜੋ ਰਿਪੋਰਟ ਹੈ, ਜੋ ਕੈਗ ਆਪਣਾ
ਜੋ ਵੀ ਜੋ ਹੈ ਸਕ੍ਰਿਪਟਨਾਈਜ਼ ਕਰਦੀ ਹੈ ਉਹ ਆਪਣੀ ਪੂਰੀ ਜੋ ਫਾਈਨਲ ਰਿਪੋਰਟ ਹੈ ਉਹ ਪਬਲਿਕ ਅਕਾਊਂਟ ਕਮੇਟੀ ਨੂੰ ਹੀ ਦਿੰਦੀ ਹੈ ਅਤੇ ਪਬਲਿਕ ਅਕਾਊਂਟ ਕਮੇਟੀ ਹੈ ਡਿਸਾਈਡ ਕਰਦੀ ਹੈ ਕਿ ਜੋ ਵੀ ਐਕਸਪੈਂਡੀਚਰਸ ਹੋਏ ਨੇ ਜਾਂ ਜੋ ਵੀ ਕਿਸੇ ਵੀ ਤਰ੍ਹਾਂ ਦਾ ਖਰਚਾ ਕੀਤਾ ਹੈ ਪਾਰਲੀਮੈਂਟ ਨੇ ਗਵਰਨਮੈਂਟ ਨੇ ਉਹ ਕਿੰਨਾ ਸਹੀ ਹੈ ਜਾਂ ਕਿੰਨਾ ਉਸ ਦੇ ਵਿੱਚ ਹੈ ਜੋ ਜੋ ਗਲਤ ਤਰੀਕੇ ਨਾਲ ਕੀਤਾ ਗਿਆ ਤਾਂ ਇਸ ਦੀ ਪੂਰੀ ਜੋ ਜ਼ਿੰਮੇਵਾਰੀ ਹੈ ਪਬਲਿਕ ਅਕਾਊਂਟ ਕਮੇਟੀ ਦੀ ਕੋਲ ਹੈ ਤਾਂ ਇਸ ਮੌਕੇ ਤੇ ਕਿਉਂਕਿ 100 ਸਾਲ ਪੂਰੇ ਹੋ ਰਹੇ ਨੇ ਤਾਂ ਇੱਕ 2 ਦਿਨਾਂ ਸਮਾਰੋਹ ਪਾਰਲੀਮੈਂਟ ਦੇ ਵਿੱਚ ਹੈ ਆਯੋਜਨ ਕੀਤਾ ਗਿਆ ਸੀ ਇੱਥੇ ਮੈਂ ਥੋੜਾ ਪੜ੍ਹ ਕੇ ਦੱਸ ਦਿੰਦਾ ਹੀ ਵਾਸ ਐਡਰੈਸਿੰਗ ਦਾ ਵੈਲੇਡਿਕਟਰੀ ਸੈਕਸ਼ਨ ਆਫ ਦਾ 2 ਡੇ 2 ਦਿਨਾਂ ਇਹ ਜੋ 100 ਸਾਲਾ ਸੈਲੀਬ੍ਰੇਸ਼ਨ ਸੀ ਪੈਕ ਦਾ ਓਵਰ ਦਾ ਟਾਈਮ ਦਾ ਰੈਲੀਵੈਂਸ ਆਫ ਪੈਕ ਹੈਜ਼ ਇਨਕਰੀਜ਼ਡ ਐਂਡ ਪੀਪਲਸ ਐਕਸਪੈਕਟੇਸ਼ਨ ਹੈਵ ਇਨਕਰੀਜ਼ਡ ਕਿਉਂਕਿ ਲੋਕਾਂ ਦੇ ਟੈਕਸ ਦਾ ਪੈਸਾ ਹੈ ਉਸ ਦੀ ਪੂਰੀ ਜੋ ਰਿਕਵਾਲੀ ਹੈ ਉਸ ਨੂੰ ਹੈ ਸਕ੍ਰਿਪਟਨਾਈਜ਼ ਕਰਦਾ ਹੈ ਪੈਕ ਤਾਂ ਇਸ ਲਈ ਬਹੁਤ ਹੀ ਇੰਪੋਰਟੈਂਟ ਹਿੱਸਾ ਹੈ ਸਾਡੇ ਇੱਕ ਡੈਮੋਕ੍ਰੈਟਿਕ ਕੰਟਰੀ ਲਈ ਇਸ ਦੇ ਬਾਰੇ ਥੋੜਾ ਹੋਰ ਪੜ੍ਹਦੇ ਹਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਵੀ ਇਸ ਤੇ ਲੋਕਾਂ ਨੂੰ ਇੱਕ ਲੋਕਤੰਤਰ ਦੇਸ਼ ਨੂੰ ਹੈ ਵਧਾਈ ਦਿੱਤੀ ਹੈ ਇਸ ਦੇ ਨਾਲ ਹੀ ਨਾਲ ਅਸੀਂ ਜੇ ਦੇਖ ਲਈਏ ਪੈਕ ਬਾਰੇ ਤਾਂ ਇਸ ਦੇ ਜੋ ਫੰਕਸ਼ਨਸ ਨੇ ਮੈਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਇਹ ਗਵਰਨਮੈਂਟ ਦੇ ਜੋ ਐਕਸਪੈਂਡੀਚਰ ਨੂੰ ਹੈ ਉਸ ਦਾ ਐਪਰੋਪ੍ਰੀਏਸ਼ਨ ਲਗਾਉਂਦੀ ਹੈ ਉਸ ਦਾ ਪੂਰਾ ਹਿਸਾਬ ਕਿਤਾਬ ਰੱਖਦੀ ਹੈ ਟੂ ਐਗਜ਼ਾਮਿਨ ਦਾ ਅਕਾਊਂਟ ਗ੍ਰਾਂਟਡ ਬਾਈ ਦਾ ਅਸੈਂਬਲੀ ਫੋਰ ਦਾ ਐਕਸਪੈਂਡੀਚਰ ਆਫ ਦਾ ਗਵਰਨਮੈਂਟ ਤਾਂ ਪੂਰੇ ਜੋ ਜੋ ਐਗਜ਼ਾਮਿਨ ਕਰਦੀ ਹੈ ਪੂਰੇ ਜੋ ਹਿਸਾਬ ਕਿਤਾਬ ਜੋ ਗਵਰਨਮੈਂਟ ਇੱਕ ਸਾਲ ਦੇ ਵਿੱਚ ਕਰਦੀ ਹੈ ਅਤੇ ਦੋਸਤੋ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਕੈਕ ਦਾ ਜਿੱਥੇ ਅਸੀਂ ਕੰਮ ਦੇਖਦੇ ਹਾਂ ਕਿ ਗਵਰਨਮੈਂਟ ਦੇ ਆਡਿਟ ਕਰਨਾ ਹੈ ਜੋ ਵੀ ਖਰਚੇ ਹੋਏ ਨੇ ਲੇਕਿਨ ਉਹਨਾਂ ਆਡਿਟ ਕੀਤੇ ਖਰਚਿਆਂ ਨੂੰ ਹੈ ਪੂਰੀ ਤਰ੍ਹਾਂ ਸਕ੍ਰਿਪਟਨਾਈਜ਼ ਕਰਦੀ ਹੈ ਇੱਕ ਤਰ੍ਹਾਂ ਦਾ ਜੋ ਤੁਸੀਂ ਕਹਿ ਸਕਦੇ ਹੋ ਕਿ ਕੈਗ ਨੂੰ ਹੋਰ ਜ਼ਿਆਦਾ ਟਰਾਂਸਪੇਰੈਂਟ ਕਰਨ ਲਈ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦਾ ਪੈਸਾ ਲੋਕਾਂ 'ਤੇ ਹੀ ਲੱਗੇ ਉਸ ਨੂੰ ਹੋਰ ਬਿਹਤਰ ਕਰਨ ਲਈ ਹੈ ਪੈਕ ਦੀ ਬਹੁਤ ਵੱਡੀ ਭੂਮਿਕਾ ਹੈ ਪੈਕ ਦੀ ਜੇ ਅਸੀਂ ਗੱਲ ਕਰ ਲਈਏ ਪਬਲਿਕ ਅਕਾਊਂਟ ਕਮੇਟੀ ਦੀ ਜੇ ਅਸੀਂ ਗੱਲ ਕਰ ਲਈਏ ਇਸ ਦੇ ਵਿੱਚ ਟੋਟਲ 22 ਮੈਂਬਰ ਹੁੰਦੇ ਨੇ ਜਿਸ ਦੇ ਵਿੱਚੋਂ 15 ਲੋਕ ਸਭਾ ਅਤੇ 7 ਰਾਜ ਸਭਾ ਦੇ ਵਿੱਚ ਹੁੰਦੇ ਨੇ ਅਤੇ ਇਸ ਦੇ ਜੋ ਮੈਂਬਰਸ ਨੇ ਦੇ ਆਰ ਇਲੈਕਟਡ ਬਾਈ ਦਾ ਮੈਂਬਰ ਆਫ ਪਾਰਲੀਮੈਂਟ ਅਮੰਗ ਦੈਮਸੈਲਵ ਵਾਈ ਸਿਸਟਮ ਆਫ ਪ੍ਰਪੋਰਸ਼ਨਲ ਪ੍ਰਪੋਰਸ਼ਨਲ ਰਿਪ੍ਰੈਜੈਂਟੇਸ਼ਨ ਬਾਈ ਮੀਨਸ ਆਫ ਸਿੰਗਲ ਟ੍ਰਾਂਸਫਰੇਬਲ ਵੋਟ ਜਿਸ ਤਰ੍ਹਾਂ ਰਾਸ਼ਟਰਪਤੀ ਦਾ ਇਲੈਕਸ਼ਨ ਹੁੰਦਾ ਰਾਜ ਸਭਾ ਦੇ ਮੈਂਬਰਸ ਦਾ ਇਲੈਕਸ਼ਨ ਹੁੰਦਾ ਹੈ ਵਾਈਸ ਪ੍ਰੈਜ਼ੀਡੈਂਟ ਦਾ ਉਸੇ ਤਰ੍ਹਾਂ ਜੋ ਹੈ ਪ੍ਰਪੋਰਸ਼ਨਲ ਰਿਪ੍ਰੈਜੈਂਟੇਸ਼ਨ ਦੇ ਜ਼ਰੀਏ ਇਹਨਾਂ ਮੈਂਬਰਸ ਨੂੰ ਹੈ ਚੁਣਿਆ ਜਾਂਦਾ ਹੈ ਅਤੇ ਇਹਨਾਂ ਮੈਂਬਰ ਚੁਣੇ ਹੋਏ ਮੈਂਬਰਾਂ ਦੀ ਜੋ ਟੈਨਿਓਰ ਹੁੰਦੀ ਹੈ ਉਹ 1 ਸਾਲ ਹੁੰਦੀ ਹੈ ਐਂਡ ਇਹ ਮਿਨਿਸਟਰ ਕੋਈ ਵੀ ਜੋ ਕੈਬਨਿਟ ਮਿਨਿਸਟਰ ਹੈ ਉਹ ਜੋ ਹੈ ਪੈਕ ਦਾ ਹਿੱਸਾ ਨਹੀਂ ਹੋ ਸਕਦਾ ਜੀ ਤਾਂ ਇਸ ਗੱਲ ਕਰ ਰਹੇ ਸੀ ਪਬਲਿਕ ਅਕਾਊਂਟ ਕਮੇਟੀ ਦੀ ਤਾਂ ਦੋਸਤੋ ਇਸ ਦੇ 100 ਸਾਲ ਨੇ ਕੰਪਲੀਟ ਹੋ ਰਹੇ ਨੇ ਫਿਰ ਉਸ ਤੋਂ ਬਾਅਦ ਹੈ ਅਸੀਂ ਗੱਲ ਕਰਦੇ ਹਾਂ ਕਿ ਅੱਜ ਦੇ ਜੋ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਉਹਨਾਂ ਦੀਆਂ ਸੁਰਖੀਆਂ ਉਸ ਤੋਂ ਬਾਅਦ ਉਹਨਾਂ ਨਾਲ ਜੁੜੇ MCQs ਵੀ ਕਰਾਂਗੇ ਤਾਂ ਸਭ ਤੋਂ ਪਹਿਲੀ ਜੋ ਸੁਰਖੀ ਹੈ ਕਿ ਉੜੀਸਾ ਹੈ ਉੜੀਸਾ ਦੇ ਵਿੱਚ ਸਾਈਕਲੋਨ ਜੋ ਜਵਾੜ ਆਇਆ ਹੋਇਆ ਉਸ ਕਰਕੇ ਬਹੁਤ ਜ਼ਿਆਦਾ ਬਾਰਿਸ਼ ਉੱਥੇ ਹੈ ਬਹੁਤ ਸਾਰਾ ਜੋ ਹਾਲਾਤ ਨੇ ਇੱਥੇ ਖਰਾਬ ਹੋ ਚੁੱਕੇ ਨੇ ਆਲਰੇਡੀ ਅਸੀਂ ਗੱਲ ਕੀਤੀ ਹੈ ਫਿਰ ਅਸਾਮ ਦਾ ਜੋ ਹਾਈਐਸਟ ਸਿਵਲ ਅਵਾਰਡ ਹੈ ਉਹ ਰੀਸੈਂਟਲੀ ਰਤਨ ਟਾਟਾ ਨੂੰ ਦਿੱਤਾ ਗਿਆ ਹੈ ਫਿਰ ਜੋ ਹੈ ਨੈਸ਼ਨਲ ਅਸੈਟ ਰੀਕਨਸਟਰਕਸ਼ਨ ਕੰਪਨੀ ਦੀ ਜੇ ਗੱਲ ਕਰੀਏ ਉਸ ਦੇ ਨਵੇਂ ਚੇਅਰਮੈਨ ਪ੍ਰਦੀਪ ਸਿੰਘ ਜੀ ਨੂੰ ਬਣਾਇਆ ਗਿਆ ਹੈ ਫਿਰ OECD ਇੱਕ ਆਰਗਨਾਈਜੇਸ਼ਨ ਆਫ ਇਕਨੋਮਿਕ ਐਂਡ ਕੋਆਪਰੇਸ਼ਨ ਦੋਸਤੋ ਇਸ ਨੇ ਜੋ ਇੰਡੀਆ ਦੀ ਜੋ ਗਰੋਥ ਰੇਟ ਹੈ ਫੋਰਕਾਸਟ ਕੀਤੀ ਹੈ ਉਹ 9.4% ਕੀਤੀ ਹੈ ਫਾਈਨੈਂਸ਼ੀਅਲ ਈਅਰ 2022 ਲਈ ਫਿਰ ਜੋ 5th ਹੈ ਇੱਕ ਜੋ ਫੈਡਰਲ ਬੈਂਕ ਹੈ ਇੰਡੀਆ ਦਾ ਇਹ ਇੱਕ ਪ੍ਰਾਈਵੇਟ ਬੈਂਕ ਹੈ ਉਸਨੇ ਔਰਤਾਂ ਲਈ ਇੱਕ ਨਵੀਂ ਸਕੀਮ ਲਾਂਚ ਕੀਤੀ ਹੈ ਐਨ ਐਕਸਕਲੂਸਿਵ ਫਿਊਚਰ ਰਿਚ ਸਕੀਮ ਫੋਰ ਦਾ ਵੂਮੈਨ ਫਿਰ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਹੈ ਇੰਡੀਆ ਦੇ ਸਕੂਲਸ ਨੂੰ ਹੋਰ ਬੈਟਰ ਕਰਨ ਲਈ $500 million US ਦਾ ਹੈ ਲੋਨ ਅਪਰੂਵਡ ਕੀਤਾ ਹੈ ਅਤੇ 7th ਜੋ ਹੈ ਦੋਸਤੋ ਗੀਤਾ ਗੋਪੀਨਾਥ ਨੇ ਉਹ IMF ਦੀ ਸੈਕਿੰਡ ਮੋਸਟ ਪੋਜੀਸ਼ਨ ਡੈਪਟੀ ਮੈਨੇਜਿੰਗ ਡਾਇਰੈਕਟਰ ਦੇ ਪਦ ਤੇ ਹੈ ਹੁਣ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਬੈਠ ਜਾਣਗੇ ਫਿਰ ਨੇਵੀ ਡੇ ਹੈ ਰੀਸੈਂਟਲੀ ਓਬਜ਼ਰਵ ਕੀਤਾ ਗਿਆ ਆਲਰੇਡੀ ਅਸੀਂ ਇਸ ਬਾਰੇ ਗੱਲ ਵੀ ਕੀਤੀ ਸੀ ਅਤੇ ਦਾਦਾ ਭਾਈ ਨਹਿਰੂ ਜੀ ਜਿਹਨਾਂ ਨੂੰ ਅਸੀਂ ਗ੍ਰੈਂਡ ਓਲਡ ਮੈਨ ਆਫ ਇੰਡੀਆ ਬੋਲਦੇ ਹਾਂ ਉਹਨਾਂ ਦੀ ਜੋ ਬਾਇਓਗ੍ਰਾਫੀ ਹੈ ਉਸ ਨੂੰ ਹੈ ਰੀਸੈਂਟਲੀ ਕਮਲਾ ਦੇਵੀ ਚੱਟੋ ਪਾਧਿਆਏ NIF ਬੁੱਕ ਪ੍ਰਾਈਜ਼ ਅਵਾਰਡ ਹੈ ਦਿੱਤਾ ਗਿਆ ਹੈ ਜੀ ਤਾਂ ਇਹ ਕਿਸ ਨੇ ਲਿਖੀ ਇਸ ਬਾਰੇ ਵੀ ਆਪਾਂ ਪੂਰਾ ਹੈ ਜੋ ਹੈ ਵਿਸਤਾਰ ਦੇ ਵਿੱਚ ਗੱਲ ਕਰਾਂਗੇ ਤਾਂ ਇਹ ਸੀ ਅੱਜ ਦੀਆਂ ਮੁੱਖ ਸੁਰਖੀਆਂ ਤਾਂ ਸਭ ਤੋਂ ਪਹਿਲਾਂ ਜੋ ਹੈ ਪਹਿਲੇ ਪ੍ਰਸ਼ਨ ਦੇ ਆਵਾਂਗੇ ਪਹਿਲਾ ਜੋ ਪ੍ਰਸ਼ਨ ਹੈ ਇਹ ਜੁੜਿਆ ਹੋਇਆ ਸਾਈਕਲੋਨ ਜਵਾਦ ਨਾਲ ਤਾਂ ਇਹ ਜੋ ਸਾਈਕਲੋਨ ਜਵਾੜ ਹੈ ਇਸ ਨਾਲ ਜੁੜੇ 2 ਜੋ ਪੁਆਇੰਟਸ ਨੇ ਅਸੀਂ ਦੇਖਾਂਗੇ ਕਿਹੜੇ ਠੀਕ ਨੇ ਕਿਹੜੇ ਗਲਤ ਤਾਂ ਸਭ ਤੋਂ ਪਹਿਲਾਂ ਹੈ ਕਿ ਇਟ ਹੈਜ਼ ਮੇਡ ਲੈਂਡ ਫੋਰ ਨੀਅਰ ਦਾ ਉੜੀਸਾ ਕੋਸਟ ਆਫ ਇੰਡੀਆ ਤਾਂ ਉੜੀਸਾ ਦੇ ਜੋ ਕੋਸਟ ਨੇ ਜੋ ਬੰਦਰਗਾਹਾਂ ਨੇ ਉੱਥੇ ਹੈ ਜੋ ਹੈ ਉਸ ਕਰਕੇ ਕਾਫੀ ਲੈਂਡਫੋਲ ਹੋਇਆ ਹੈ ਅਤੇ ਬੰਗਲਾਦੇਸ਼ ਨੇ ਹੈ ਇਹ ਇਹਨਾਂ ਨੂੰ ਨਾਮ ਦਿੱਤਾ ਹੈ ਜਵਾਦ ਦਾ ਬੰਗਲਾਦੇਸ਼ ਹੈਜ਼ ਗਿਵਨ ਦਾ ਸਾਈਕਲੋਨ ਇਟਸ ਨੇਮ ਜਵਾਦ ਤਾਂ ਤੁਸੀਂ ਦੱਸੋਗੇ ਜੋ ਪਿਛਲੇ ਦਿਨ ਦੇ ਕਰੰਟ ਅਫੇਅਰਸ ਸੀ ਉਸ ਦੇ ਵਿੱਚ ਮੈਂ ਦੱਸਿਆ ਵੀ ਸੀ ਕਿ ਇਹ ਜੋ ਜਵਾੜ ਨਾਮ ਹੈ ਇਹ ਕਿਸ ਕੰਟਰੀ ਤੋਂ ਆਇਆ ਹੈ ਕਿਸ ਭਾਸ਼ਾ ਤੋਂ ਆਇਆ ਹੈ ਉਮੀਦ ਕਰਦਾ ਹੈ ਯਾਦ ਹੋਏਗਾ ਨਾਲ ਨਾਲ ਤੁਸੀਂ ਆਂਸਰ ਵੀ ਦੇ ਰਹੇ ਹੋਵੋਗੇ ਤਾਂ ਦੋਸਤੋ ਇਸ ਦੇ ਵਿੱਚ ਸਿਰਫ ਅਤੇ ਸਿਰਫ ਹੈ ਜੋ ਪਹਿਲਾ ਪੁਆਇੰਟ ਵੀ ਠੀਕ ਹੈ ਕਿਉਂਕਿ ਇਹ ਜੋ ਨਾਮ ਹੈ ਇਹ ਆਇਆ ਸੀ ਸਾਊਦੀ ਅਰੇਬੀਆ ਤੋਂ ਜੀ ਠੀਕ ਹੈ ਨਾ ਕਿ ਜੋ ਹੈ ਬੰਗਲਾਦੇਸ਼ ਤੋਂ ਆਇਆ ਤਾਂ ਇਸ ਦੇ ਬਾਰੇ ਥੋੜ੍ਹਾ ਹੋਰ ਦੇਖ ਲੈਂਦੇ ਹਾਂ ਤਾਂ ਡੀਪ ਡਿਪਰੈਸ਼ਨ ਇਨ ਦਾ ਬੇ ਆਫ ਬੰਗਾਲ ਹੈਜ਼ ਇੰਟੈਂਸੀਫਾਈਡ
ਤਾਂ ਇਹ ਜੋ ਡੀਪ ਡਿਪਰੈਸ਼ਨ ਹੈ ਹੁਣ ਸਾਈਕਲੋਨ ਦਾ ਜੋ ਇਸਨੇ ਰੂਪ ਲੈ ਲਿਆ ਹੈ ਡੀਪ ਡਿਪਰੈਸ਼ਨ ਦੀ ਗੱਲ ਕਰੀਏ ਜਿਸ ਦੇ ਵਿੱਚ ਜੋ ਹਵਾਵਾਂ ਦੀ ਜੋ ਗਤੀ ਹੈ ਅਪਰੋਕਸੀਮੇਟ 660 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਦੀ ਚੱਲਦੀ ਹੈ ਲੇਕਿਨ ਇੱਥੇ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਜ਼ਿਆਦਾ ਦੀਆਂ ਹਵਾਵਾਂ ਚੱਲਦੀਆਂ ਨੇ ਅਤੇ ਇਹ ਜੋ ਨਾਮ ਹੈ ਇਹ ਸਾਊਦੀ ਅਰੇਬੀਆ ਨੇ ਜੋ ਹੈ ਦਿੱਤਾ ਸੀ ਜੀ। ਫਿਰ ਦੂਜਾ ਪ੍ਰਸ਼ਨ ਹੈ ਕਿ ਅਸਾਮ ਦੀ ਗੌਰਮੈਂਟ ਨੇ ਰੀਸੈਂਟਲੀ ਆਪਣਾ ਹਾਈਐਸਟ ਸਿਵਲ ਅਵਾਰਡ ਹੈ ਕਿਸ ਨੂੰ ਪ੍ਰੋਵਾਈਡ ਕੀਤਾ ਹੈ, ਮੁਕੇਸ਼ ਅੰਬਾਨੀ, ਸ਼ਿਵ ਨਾਡਰ, ਉਦੇ ਕੋਟਕ ਜਾਂ ਰਤਨ ਨੋਬਲ ਟਾਟਾ ਜੀ? ਇਸ ਦਾ ਜੋ ਸਹੀ ਉੱਤਰ ਹੈ ਦੋਸਤੋ ਉਹ ਹੈ ਦੈਟ ਇਜ਼ ਦਾ ਰਤਨ ਟਾਟਾ। ਤਾਂ ਰਤਨ ਟਾਟਾ ਜੀ ਨੂੰ ਇਹ ਅਵਾਰਡ ਮਿਲਿਆ। ਇਹਨਾਂ ਬਾਰੇ ਗੱਲ ਕਰੀਏ, ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਇਹ ਜੋ ਅਵਾਰਡ ਹੈ ਇਸ ਦੇ ਨਾਲ ਹੀ ਨਾਲ ਇਹ ਜੋ ਅਵਾਰਡ ਹੈ ਜੋ ਹਾਈਐਸਟ ਸਿਵਲ ਅਵਾਰਡ ਹੈ ਅਸਾਮ ਦਾ, ਇਸ ਨੂੰ ਕਿਹਾ ਜਾਂਦਾ ਹੈ ਅਸਾਮ ਵੈਭਵ ਅਵਾਰਡ। ਅਤੇ ਇਸ ਦੇ ਨਾਲ ਹੀ ਨਾਲ ਕੁਛ ਹੋਰ ਅਵਾਰਡਸ ਵੀ ਦਿੱਤੇ ਗਏ ਜਿਵੇਂ ਕਿ ਅਸਾਮ ਸੌਰਵ ਅਵਾਰਡ, ਅਸਾਮ ਗੌਰਵ ਅਵਾਰਡ। ਟੋਟਲ 19 ਪਰਸਨੈਲਿਟੀਜ਼ ਨੂੰ ਹੈ 2021 ਲਈ ਇਹ ਅਵਾਰਡ ਹੈ ਦਿੱਤੇ ਗਏ ਨੇ, ਜਿਸ ਦੇ ਵਿੱਚੋਂ ਰਤਨ ਟਾਟਾ ਜੀ ਨੂੰ ਅਸਮ ਵੈਭਵ ਅਵਾਰਡ ਜੋ ਸਭ ਤੋਂ ਹਾਈਐਸਟ ਅਵਾਰਡ ਹੈ ਦਿੱਤਾ ਗਿਆ। ਨਾਲ ਹੀ ਨਾਲ ਜੋ ਉੱਥੋਂ ਦੀ ਓਲੰਪਿਕ ਨੇ ਜਿਨ੍ਹਾਂ ਨੇ ਇਸ ਸਾਲ ਬਾਕਸਿੰਗ ਦੇ ਵਿੱਚ ਹੈ ਬ੍ਰੋਂਜ ਮੈਡਲ ਜਿੱਤਿਆ ਹੈ, ਲਵਲੀਨਾ ਬੋਰ ਗੋਹਾਨ, ਇਹਨਾਂ ਦੀ ਤਸਵੀਰ ਵੀ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ। ਇਹਨਾਂ ਨੇ ਜੋ ਬ੍ਰੋਂਜ ਮੈਡਲ ਜਿੱਤਿਆ ਸੀ ਇਸ ਵਾਰ ਓਲੰਪਿਕਸ ਦੇ ਵਿੱਚ, ਓਲੰਪਿਕਸ 2021 ਜੋ 2020 ਦੇ ਵਿੱਚ ਹੋਣੀ ਸੀ ਤਾਂ ਟੋਕਿਓ ਦੇ ਵਿੱਚ ਜੋ ਹੋਈਆਂ ਸਨ, ਤਾਂ ਇਹਨਾਂ ਨੂੰ ਹੈ ਦੋਸਤੋ ਅਸਾਮ ਸੌਰਵ ਜੋ ਅਵਾਰਡ ਹੈ ਉਸ ਨਾਲ ਹੈ ਪੁਰਸਕਾਰ ਕੀਤਾ ਗਿਆ। ਤਾਂ ਅਸਾਮ ਸੌਰਵ ਅਵਾਰਡ ਵਿਲ ਬੀ ਡਿਸਟ੍ਰੀਬਿਊਟਡ ਟੂ ਦਾ 5 ਪਰਸਨੈਲਿਟੀਜ਼ ਜਿਸ ਦੇ ਵਿੱਚੋਂ ਕਮਲਾ ਲੈਂਡੂ ਡੈਬ, ਲਕਸ਼ਮਣ, ਪ੍ਰੋਫੈਸਰ ਦੀਪਕ ਚੰਦ, ਲਵਲੀਨਾ ਬੋਰਗੋਹਾਈਨ ਐਂਡ ਨੀਲ ਪਵਨ ਬੁਰੋਆ, ਇਹ 5 ਪਰਸਨੈਲਿਟੀਜ਼ ਹਨ। ਤਾਂ ਇਹ ਸਾਰੇ ਦੇ ਸਾਰੇ ਇੰਪੋਰਟੈਂਟ ਕੁਐਸਚਨ ਤੁਸੀਂ ਯਾਦ ਰੱਖਣੇ ਨੇ। ਫਿਰ ਤੀਜਾ ਕੁਐਸਚਨ, ਨੈਸ਼ਨਲ ਅਸੈਟ ਰੀਕੰਸਟਰਕਸ਼ਨ ਕੰਪਨੀ ਦੇ ਜੋ ਨਵੇਂ ਜੋ ਚੇਅਰਮੈਨ ਨੇ ਉਹ ਕੌਣ ਬਣੇ ਨੇ? ਇਸ ਦੇ ਵਿੱਚ 4 ਆਪਸ਼ਨ ਨੇ, ਪ੍ਰਦੀਪ ਸ਼ਾਹ, ਸੰਜੇ ਜੈਨ, ਦਿਵਾਕਰ ਗੁਪਤਾ ਅਤੇ ਅਜ਼ੀਜ਼ ਪ੍ਰੇਮ ਜੀ। ਇੱਥੇ ਸਭ ਤੋਂ ਇੰਪੋਰਟੈਂਟ ਹੈ ਕਿ ਇਹ ਜੋ ਨੈਸ਼ਨਲ ਅਸੈਟ ਰੀਕੰਸਟਰਕਸ਼ਨ ਕੰਪਨੀ ਹੈ ਇਸ ਦੀ ਜੋ ਸ਼ੁਰੂਆਤ ਕਰਨ ਦਾ ਮੋਟਿਵ ਸੀ ਗੌਰਮੈਂਟ ਦਾ, ਤਾਂ ਕਿ ਜੋ ਬੈਂਕਸ ਨੇ ਸਪੈਸ਼ਲੀ ਜੋ ਸਰਕਾਰੀ ਬੈਂਕ ਨੇ ਇਹਨਾਂ ਦਾ ਜੋ NPA ਹੈ, ਨੋਨ ਪਰਫੋਰਮਿੰਗ ਅਸੈਟ ਹੈ। ਨੋਨ ਪਰਫੋਰਮਿੰਗ ਅਸੈਟ ਦਾ ਮਤਲਬ ਹੁੰਦਾ ਹੈ ਕਿ ਜਿਸ ਲੋਨ ਦੀ ਜੋ ਰਿਕਵਰੀ ਹੈ, ਜਿਸ ਲੋਨ ਦੀ ਰਿਕਵਰੀ ਆਉਣ ਦੀ ਸੰਭਾਵਨਾ ਬਹੁਤ ਹੀ ਘੱਟ ਹੈ, ਤਾਂ ਉਹ ਜੋ ਲੋਨ ਦੀ ਜੋ ਰਿਕਵਰੀ ਬੈਂਕ ਨਹੀਂ ਕਰ ਸਕਦਾ ਤਾਂ ਉਹ ਲੋਨ ਦੀ ਜੋ ਨੂੰ ਹੈ ਨੈਸ਼ਨਲ ਅਸੈਟ ਰੀਕੰਸਟਰਕਸ਼ਨ ਕੰਪਨੀ ਹੈ ਖਰੀਦ ਲਵੇਗੀ ਅਤੇ ਉਹ ਉਸਦੀ ਜੋ ਦੋਸਤੋ ਉਸਦੀ ਜੋ ਰਿਕਵਰੀ ਹੈ ਆਪਣੇ ਤਰੀਕਿਆਂ ਦੇ ਨਾਲ ਹੈ ਲੋਕਾਂ ਤੋਂ ਕਰੇਗੀ, ਜਿਸ ਨਾਲ ਹੈ ਬੈਂਕ ਨੂੰ ਵੀ ਇੱਕ ਜੋ ਹੈ ਸਹਾਰਾ ਮਿਲ ਜਾਂਦਾ ਹੈ। ਜੋ ਬੈਂਕ ਹੈ ਬੈਂਕਾਂ ਨੂੰ ਹੈ ਆਪਣਾ ਜੋ ਸਮਾਂ ਹੈ, ਸਮੇਂ ਦੀ ਜੋ ਹੈ ਵੇਸਟੇਜ ਨਹੀਂ ਹੁੰਦੀ ਅਤੇ ਉਹਨਾਂ ਨੂੰ ਵੀ ਜੋ ਹੈ ਪੈਸਾ ਮਿਲ ਜਾਂਦਾ ਹੈ, ਲੇਕਿਨ ਹਾਲਾਂਕਿ ਲੋਸ ਤਾਂ ਜ਼ਰੂਰ ਹੁੰਦਾ ਕਿਉਂਕਿ ਜਿੰਨਾ ਐਗਜੈਕਟਲੀ ਲੋਨ ਹੈ ਉਹ ਜੋ ਲੋਨ ਹੈ ਨੈਸ਼ਨਲ ਅਸੈਟ ਰੀਕੰਸਟਰਕਸ਼ਨ ਕੰਪਨੀ ਉਸ ਦੇ 70-80% ਨੂੰ ਦੇ ਕੇ ਹੀ ਪੂਰਾ ਲੋਨ ਲੈ ਲੈਂਦੀ ਹੈ ਅਤੇ ਫਿਰ ਖੁਦ ਜੋ ਹੈ ਲੋਕਾਂ ਤੋਂ ਹੈ ਖੁਦ ਉਸਦੀ ਰਿਕਵਰੀ ਕਰਦੀ ਹੈ। ਇਸ ਦੇ ਜੋ ਨਵੇਂ ਜੋ ਚੇਅਰਮੈਨ ਬਣੇ ਨੇ ਫਿਲਹਾਲ ਉਹਨਾਂ ਦਾ ਨਾਮ ਹੈ ਜੀ ਪ੍ਰਦੀਪ ਸ਼ਾਹ ਜੀ। ਹਾਂਜੀ, ਫਿਰ ਦੋਸਤੋ ਇਹਨਾਂ ਬਾਰੇ ਜੇ ਅਸੀਂ ਗੱਲ ਕਰੀਏ ਨੈਸ਼ਨਲ ਅਸੈਟ ਰੀਕੰਸਟਰਕਸ਼ਨ ਕੰਪਨੀ ਬਾਰੇ, ਤਾਂ RBI ਨੇ ਜੋ ਹੈ 4 ਅਕਤੂਬਰ ਨੂੰ ਹੈ ਲਾਇਸੈਂਸ ਦਿੱਤਾ ਸੀ ਇਸ ਨੂੰ, ਇਸ 6,000 ਕਰੋੜ ਦੀ ਕੰਪਨੀ ਨੂੰ, ਨੈਸ਼ਨਲ ਅਸੈਟ ਰੀਕੰਸਟਰਕਸ਼ਨ ਕੰਪਨੀ ਨੂੰ। ਇਹ ਮੂਵ ਦੈਟ ਵਿਲ ਹੈਲਪ ਕਿਕ ਸਟਾਰਟ ਓਪਰੇਸ਼ਨ ਫੋਰ ਦਾ ਬੈਡ ਬੈਂਕ। ਬੈਡ ਬੈਂਕ ਦਾ ਮਤਲਬ ਹੈ ਕਿ ਜਿੰਨਾ ਬੈਂਕਾਂ ਦੇ ਜੋ NPAs ਹੈ ਬਹੁਤ ਜ਼ਿਆਦਾ ਹੋ ਚੁੱਕੇ ਨੇ ਉਹਨਾਂ ਦੀ ਹੈਲਪ ਕਰਨੀ ਹੈ। ਐਂਡ ਇਟ ਵਾਸ ਇਨਕੋਰਪੋਰੇਟਡ ਇਨ ਜੁਲਾਈ ਇਨ ਮੁੰਬਈ ਫੋਲੋਇੰਗ ਰਜਿਸਟ੍ਰੇਸ਼ਨ ਵਿਦ ਰਜਿਸਟਰਡ ਆਫ ਕੰਪਨੀਜ਼, ਤਾਂ ਕਿ ਜੋ ਹੈ ਬੈਂਕਾਂ ਦੀ ਜੋ ਹਾਲਾਤ ਨੇ ਹੋਰ ਜ਼ਿਆਦਾ ਸੁਧਾਰੇ ਜਾ ਸਕਣ। ਫਿਰ ਜੋ ਹੈ ਦੋਸਤੋ ਅਗਲਾ ਜੋ ਪ੍ਰਸ਼ਨ ਫੋਰਥ ਕੁਐਸਚਨ ਆਰਗਨਾਈਜੇਸ਼ਨ ਆਫ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਜੀ ਨਾਲ ਜੁੜਿਆ ਹੋਇਆ ਹੈ ਅਤੇ ਇਸ ਨਾਲ ਜੁੜੇ ਇਹ ਜੋ 2 ਪੁਆਇੰਟਸ ਨੇ ਇਹ ਇੱਕ ਇੰਟਰਨੈਸ਼ਨਲੀ ਆਰਗਨਾਈਜੇਸ਼ਨ ਹੈ, ਸਭ ਤੋਂ ਪਹਿਲਾਂ ਦੱਸ ਦੇਵਾਂ, ਜਿਸ ਦਾ ਮੁੱਖ ਮਕਸਦ ਹੈ ਦੁਨੀਆ ਦੇ ਜਿੰਨੇ ਵੀ ਡੈਮੋਕ੍ਰੈਟਿਕ ਕੰਟਰੀਜ਼ ਨੇ ਉਹਨਾਂ ਦੇ ਵਿੱਚ ਸੋਸ਼ਲ ਐਂਡ ਇਕਨੋਮਿਕ ਜੋ ਡਿਵੈਲਪਮੈਂਟ ਕਰਨਾ ਹੈ। ਤਾਂ ਇਸ ਦੇ ਵਿੱਚ ਦੋ ਜੁੜੇ ਪੁਆਇੰਟ ਨੇ, ਦਾ ਸਟੇਟਡ ਗੋਲ ਆਫ ਦਾ ਆਰਗਨਾਈਜੇਸ਼ਨ, ਇਸ ਦਾ ਜੋ ਗੋਲ ਹੈ ਇਸ ਦਾ ਜੋ ਮਕਸਦ ਹੈ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਇਸ ਟੂ ਸ਼ੇਪ ਪਾਲਿਸੀਜ਼ ਦੈਟ ਫੋਸਟਰ ਜੋ ਕਿ ਪ੍ਰੋਸਪੈਰਿਟੀ ਨੂੰ ਵਧਾਉਂਦੀ ਹੈ, ਇਕੁਐਲਿਟੀ ਨੂੰ ਵਧਾਉਂਦੀ ਹੈ, ਉੱਥੇ ਮੌਕੇ ਵਧਾਉਂਦੀ ਹੈ ਲੋਕਾਂ ਲਈ ਐਂਡ ਉੱਥੋਂ ਦੇ ਲੋਕਾਂ ਦੀ ਖੁਸ਼ਹਾਲੀ ਲਈ ਕੰਮ ਕਰਦੀ ਹੈ। ਅਤੇ ਇਸ ਦਾ ਜੋ ਹੈੱਡਕੁਆਟਰ ਹੈ ਉਹ ਆਸਟ੍ਰੇਲੀਆ ਦੀ ਕੈਪੀਟਲ ਵਿਯਨਾ ਦੇ ਵਿੱਚ ਹੈ। ਤਾਂ ਤੁਸੀਂ ਦੱਸੋਗੇ ਇਹਨਾਂ ਵਿੱਚੋਂ ਕਿਹੜਾ ਪੁਆਇੰਟ ਠੀਕ ਹੈ, ਕਿਹੜਾ ਪੁਆਇੰਟ ਗਲਤ ਹੈ। ਨਾਲ ਹੀ ਨਾਲ ਦੋਸਤੋ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੋ ਵਿਯਨਾ ਆਸਟ੍ਰੇਲੀਆ ਦੀ ਗੱਲ ਹੋ ਰਹੀ ਹੈ ਤਾਂ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ, ਇਸ ਦਾ ਹੈੱਡਕੁਆਟਰ ਜ਼ਰੂਰ ਵਿਯਨਾ ਆਸਟ੍ਰੇਲੀਆ ਦੇ ਵਿੱਚ ਹੈ, ਲੇਕਿਨ OECD ਰਿਕਗਨਾਈਜੇਸ਼ਨ ਆਫ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਦਾ ਹੈੱਡਕੁਆਟਰ ਇੱਥੇ ਨਹੀਂ ਹੈ। ਸਿਰਫ ਪਹਿਲਾ ਹੀ ਪੁਆਇੰਟ ਠੀਕ ਹੈ, ਜੋ ਦੂਸਰਾ ਜੋ ਪੁਆਇੰਟ ਹੈ ਇਸਦਾ ਹੈੱਡਕੁਆਟਰ ਇੱਥੇ ਨਾ ਹੋ ਕੇ ਦੋਸਤੋ ਇਸਦਾ ਜੋ ਹੈੱਡਕੁਆਟਰ ਹੈ ਉਹ ਹੈ ਜੀ ਦੋਸਤੋ ਪੈਰਿਸ ਦੇ ਵਿੱਚ, ਫਰਾਂਸ। ਹਾਂਜੀ, ਤਾਂ ਚੈਟਿਊ ਡਾਲੀ ਮਿਊਟ ਇਹ ਨਾਮ ਦਾ ਪੈਰਿਸ ਦੇ ਵਿੱਚ ਥਾਂ ਹੈ ਜਿੱਥੇ ਇਸਦਾ ਹੈੱਡਕੁਆਟਰ ਹੈ। ਤੁਸੀਂ ਜੇ ਥਾਂ ਦਾ ਨਾਮ ਨਹੀਂ ਵੀ ਯਾਦ ਰੱਖਣਾ ਤਾਂ ਤੁਸੀਂ ਪੈਰਿਸ ਫਰਾਂਸ ਯਾਦ ਰੱਖ ਸਕਦੇ ਹੋ। ਅਤੇ ਇੱਥੇ ਜੋ ਹੈ ਇਸ ਦੀ ਐਨੂਅਲ ਜੋ ਮੀਟਿੰਗਸ ਹੈ ਇਸਦਾ ਜੋ ਮੁੱਖ ਮਕਸਦ ਹੈ ਲੋਕਾਂ ਦੀ ਜੋ ਹੈ ਡਿਵੈਲਪਮੈਂਟ ਹੈ, ਚਾਹੇ ਉਹ ਸੋਸ਼ਲ ਡਿਵੈਲਪਮੈਂਟ ਹੋ, ਇਕਨੋਮਿਕ ਡਿਵੈਲਪਮੈਂਟ ਹੋਵੇ,
1961 ਤੋਂ ਲਗਾਤਾਰ ਇਹ ਵਰਲਡ ਟ੍ਰੇਡ ਨਾਲ ਮਿਲ ਕੇ ਦੋਸਤੋ ਇਕਨੋਮਿਕ ਪ੍ਰੋਗਰੈਸ ਲਈ ਕੰਮ ਕਰ ਰਹੀ ਹੈ ਅਤੇ ਯੂਨਾਈਟਿਡ ਨੇਸ਼ਨ ਦੇ ਐਜ਼ ਏ ਓਬਜ਼ਰਵਰ ਦੀ ਤਰ੍ਹਾਂ ਕੰਮ ਕਰਦੀ ਹੈ, ਪੂਰੇ ਡੈਮੋਕ੍ਰੈਟਿਕ ਕੰਟਰੀਜ਼ 'ਤੇ ਨਜ਼ਰ ਰੱਖਦੀ ਹੈ ਕਿ ਕਿਤੇ ਲੋਕਾਂ ਨਾਲ ਕੋਈ ਭੇਦਭਾਵ ਤਾਂ ਨਹੀਂ ਹੋ ਰਿਹਾ, ਇਕਨੋਮਿਕ ਡਿਵੈਲਪਮੈਂਟ ਦੇ ਖਿਲਾਫ ਤਾਂ ਉੱਥੋਂ ਦੀ ਸਰਕਾਰ ਕੰਮ ਨਹੀਂ ਕਰ ਰਹੀ ਤਾਂ, ਅਤੇ ਇਹ ਸਪੋਰਟ ਕਰਦੀ ਹੈ ਫ੍ਰੀ ਮਾਰਕੀਟ ਇਕਨੋਮੀਜ਼ ਨੂੰ ਜਿੱਥੇ ਗੌਰਮੈਂਟ ਦੀ ਰੈਗੂਲੇਸ਼ਨ ਘੱਟ ਤੋਂ ਘੱਟ ਹੋਵੇ ਅਤੇ ਲੋਕ ਹੈ ਉੱਥੇ ਫ੍ਰੀਲੀ ਹੈ ਜੋ ਆਪਣਾ ਬਿਜ਼ਨਸ ਕਰ ਸਕਣ, ਜਿਵੇਂ ਕਿ ਅਸੀਂ ਐਡਮ ਸਮਿਥ ਦੀ ਜੋ ਐਕਚੁਅਲ ਥੋਟ ਸੀ ਉਸ ਪ੍ਰੋਸੈਸ 'ਤੇ ਹੀ ਜ਼ਿਆਦਾ ਚੱਲਦੀ ਹੈ। ਫਿਫਥ ਪ੍ਰਸ਼ਨ ਦੋਸਤੋ ਪ੍ਰੋਗਰਾਮਸ ਪੋਲਿਸੀਜ਼ ਤੋਂ ਹੈ, ਮਹਿਲਾ ਮਿੱਤਰ ਜੋ ਪਲੱਸ ਸਕੀਮ ਹੈ ਇਸ ਨਾਲ ਜੁੜੇ ਦੋ ਪੁਆਇੰਟਸ ਨੇ। ਇਹ ਜੋ ਮਹਿਲਾ ਮਿੱਤਰ ਪਲੱਸ ਹੈ ਇਹ ਨਬਾਰਡ ਨੇ ਹੈ ਰੀਸੈਂਟਲੀ ਲਾਂਚ ਕੀਤੀ ਹੈ ਅਤੇ ਇਸ ਦਾ ਮੁੱਖ ਮਕਸਦ ਹੈ ਤਾਂ ਕਿ ਜੋ ਜੋ ਸੇਵਿੰਗ ਸਕੀਮਸ ਨੇ ਵੂਮੈਨਸ ਲਈ ਉਹਨਾਂ ਨੂੰ ਜੋ ਹੈ ਲੈ ਕੇ ਆਇਆ ਜਾਵੇ। ਫੀਚਰ ਡਿਜ਼ਾਈਨ ਟੂ ਮੇਕ ਫਾਈਨੈਂਸ਼ੀਅਲ ਪਲੈਨਿੰਗ ਲਈ ਐਂਡ ਇਨਵੈਸਟਮੈਂਟ, ਤਾਂ ਕਿ ਜੋ ਹੈ ਵੂਮੈਨ ਐਂਟਰਪ੍ਰੀਨਿਓਰਸ਼ਿਪ ਹੈ ਹਿੰਦੁਸਤਾਨ ਦੇ ਵਿੱਚ ਹੈ ਵਧਾਇਆ ਜਾ ਸਕੇ। ਤਾਂ ਇਹਨਾਂ ਵਿੱਚੋਂ ਕਿਹੜੇ ਪੁਆਇੰਟਸ ਠੀਕ ਨੇ, ਕਿਹੜੇ ਪੁਆਇੰਟ ਗਲਤ ਨੇ? ਮਹਿਲਾ ਮਿੱਤਰ ਪਲੱਸ, ਹਾਂਜੀ, ਸ਼ੁਰੂਆਤੀ ਸੁਰੱਖਿਆ ਦੇ ਵਿੱਚ ਵੀ ਦੱਸਿਆ ਸੀ ਇਹ ਜੋ ਸਕੀਮ ਹੈ ਕਿਸ ਬੈਂਕ ਦੀ ਹੈ, ਆਲਰੇਡੀ ਤੁਹਾਨੂੰ ਪਤਾ ਹੋਵੇਗਾ। ਸਿਰਫ ਅਤੇ ਸਿਰਫ ਦੂਜਾ ਪੁਆਇੰਟ ਠੀਕ ਹੈ ਕਿਉਂਕਿ ਇਸ ਨੂੰ ਨਬਾਰਡ ਦੀ ਬਜਾਏ ਇੰਡੀਆ ਦੇ ਪ੍ਰਾਈਵੇਟ ਬੈਂਕ ਹੈ ਜਿਸਦਾ ਹੈੱਡਕੁਆਟਰ ਕੇਰਲਾ ਦੇ ਵਿੱਚ ਹੈ, ਫੈਡਰਲ ਬੈਂਕ ਨੇ ਹੈ ਇਸ ਦੀ ਸ਼ੁਰੂਆਤ ਕੀਤੀ ਸੀ, ਫੈਡਰਲ ਬੈਂਕ ਹੈਜ਼ ਲਾਂਚਡ, ਅਤੇ ਇਸ ਦੇ ਵਿੱਚ ਜੋ ਮੇਨਲੀ ਜੋ ਮਕਸਦ ਹੈ ਤਾਂ ਕਿ ਜੋ ਇੰਟਰਸਟ ਰੇਟ ਨੇ ਘੱਟ ਰੇਟ ਆਫ ਇੰਟਰਸਟ 'ਤੇ ਮਹਿਲਾਵਾਂ ਨੂੰ ਲੋਨਸ ਦਿੱਤੇ ਜਾਣ, ਹਾਊਸਿੰਗ ਲੋਨਸ, ਫਿਰ ਉਹਨਾਂ ਦੀ ਪ੍ਰੋਸੈਸਿੰਗ ਫੀਸ ਹੈ ਬਹੁਤ ਘੱਟ ਹੋਵੇ ਜਾਂ ਨਾ ਹੀ ਹੋਵੇ, ਕੰਪਲੀਮੈਂਟਰੀ ਐਂਡ ਕਸਟਮਾਈਜ਼ਡ ਇੰਸ਼ੋਰੈਂਸ ਕਵਰ ਨਾਲ ਹੀ ਨਾਲ ਹੈ, ਉਹਨਾਂ ਨੂੰ ਇੰਸ਼ੋਰੈਂਸ ਕਵਰ ਵੀ ਦਿੱਤਾ ਜਾਵੇ ਤਾਂ ਕਿ ਜੇ ਇਨ ਕੇਸ ਜੇ ਇਹ ਲੋਨ ਵਾਪਸ ਨਹੀਂ ਦਿੱਤੇ ਜਾ ਸਕਣ ਤਾਂ ਉਹਨਾਂ ਦੇ ਉੱਪਰ ਕੋਈ ਫਾਈਨੈਂਸ਼ਲੀ ਬਰਡਨ ਆਵੇ। ਤਾਂ ਦੋਸਤੋ ਇਹ ਇਸ ਦਾ ਇੱਕ ਪ੍ਰੋਮੋ ਹੈ ਮਹਿਲਾ ਮਿੱਤਰ ਪਲੱਸ ਐਂਡ ਸਟਾਰਟਡ ਬਾਏ ਦਾ ਫੈਡਰਲ ਬੈਂਕ, ਆਲਰੇਡੀ ਇਸ ਦੀ ਅਸੀਂ ਗੱਲ ਕਰ ਚੁੱਕੇ ਹਾਂ। ਇੱਥੇ ਸਪੈਸ਼ਲੀ ਮੈਂ ਕਹਿਣਾ ਚਾਹਾਂਗਾ ਕਿ ਫੈਡਰਲ ਰਿਜ਼ਰਵ ਇੱਕ ਅਲੱਗ ਬੈਂਕ ਹੈ, ਫੈਡਰਲ ਰਿਜ਼ਰਵ USA ਦਾ ਸੈਂਟਰਲ ਬੈਂਕ ਹੈ, ਅਤੇ ਇਹ ਜੋ ਫੈਡਰਲ ਬੈਂਕ ਦੀ ਗੱਲ ਹੈ ਇੰਡੀਆ ਦਾ ਇੱਕ ਪ੍ਰਾਈਵੇਟ ਬੈਂਕ ਹੈ ਜਿਸਦਾ ਹੈੱਡਕੁਆਟਰ ਇਜ਼ ਲੋਕੇਟਡ ਕੇਰਲਾ 'ਚ। ਫਿਰ ਅਗਲਾ ਪ੍ਰਸ਼ਨ, ਸਿਕਸਥ ਪ੍ਰਸ਼ਨ, ADB ਏਸ਼ੀਅਨ ਡਿਵੈਲਪਮੈਂਟ ਬੈਂਕ, ਰੀਸੈਂਟਲੀ ਇਸਨੇ 500 million ਦਾ ਲੋਨ ਹੈ ਪਾਸ ਕੀਤਾ ਹੈ, ਦੱਸਣਾ ਹੈ ਕਿਸ ਪਰਪਜ਼ ਲਈ ਇਹ ਲੋਨ ਪਾਸ ਹੋਇਆ ਹੈ, ਇਹ ਰੋਡ ਇਨਫਰਾਸਟਰਕਚਰ ਲਈ, ਕੁਆਲਿਟੀ ਐਂਡ ਕੁਆਂਟਿਟੀ ਆਫ ਵਾਟਰ ਲਈ, ਜਾਂ ਕੁਆਲਿਟੀ ਆਫ ਸਕੂਲਸ ਲਈ, ਸਪੈਸ਼ਲੀ COVID-19 ਤੋਂ ਬਾਅਦ ਜਦੋਂ ਸਟੂਡੈਂਟਸ ਦੀ ਲਰਨਿੰਗ 'ਤੇ ਬਹੁਤ ਗਲਤ ਅਸਰ ਪਿਆ ਹੈ, ਤਾਂ ਕੁਆਲਿਟੀ ਨੂੰ ਹੈ ਵਧਾਉਣ ਲਈ ਹੀ, ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਵੀ ਇਸਦਾ ਆਂਸਰ ਨਹੀਂ ਹੈ। ਤਾਂ ਏਸ਼ੀਅਨ ਡਿਵੈਲਪਮੈਂਟ ਬੈਂਕ ਇਸਦਾ ਸਹੀ ਉੱਤਰ ਜੋ ਹੈ ਜਿਸਦਾ ਹੈੱਡਕੁਆਟਰ ਜੋ ਮਨੀਲਾ ਫਿਲੀਪੀਨਸ ਦੇ ਵਿੱਚ ਹੈ, ਤਾਂ ਦੋਸਤੋ ਇਸਦਾ ਸਹੀ ਉੱਤਰ ਹੈ ਸੀ। ਤਾਂ ਇਸ ਦੀ ਜੋ 500 million ਲੋਨ ਦੀ ਜੋ ਗੱਲ ਕੀਤੀ ਹੈ, ਸਪੈਸੀਫਿਕ ਐਜੂਕੇਸ਼ਨ ਜੋ ਸਕੀਮ ਹੈ ਸਮੱਗਰ ਸਿੱਖਿਆ ਦੇ ਤਹਿਤ ਹੈ, ਇਸ ਨੂੰ ਹੈ ਲੋਨ ਪ੍ਰੋਵਾਈਡ ਕੀਤਾ ਗਿਆ ਹੈ, ਅਤੇ ਇਸ ਦੇ ਵਿੱਚ ਕੋਸ਼ਿਸ਼ ਹੋਏਗੀ ਕਿ ਹਿੰਦੁਸਤਾਨ ਦੇ 1800 ਜੋ ਗੌਰਮੈਂਟ ਸਕੂਲਸ ਨੇ ਉਹਨਾਂ ਦੀ ਟਰਾਂਸਫੋਰਮੇਸ਼ਨ ਕੀਤੀ ਜਾਵੇ, ਵੱਖਰੇ ਵੱਖਰੇ ਜੋ ਜ਼ਿਲ੍ਹੇ ਨੇ ਅਸਾਮ, ਗੁਜਰਾਤ, ਝਾਰਖੰਡ, ਤਮਿਲਨਾਡੂ, ਉੱਤਰਾਖੰਡ, ਤਾਂ ਕਿ ਉਹਨਾਂ ਨੂੰ ਵੇਖ ਕੇ ਹੋਰ ਸਕੂਲਾਂ 'ਤੇ ਵੀ ਹੈ ਇੱਕ ਪੋਜ਼ਿਟਿਵ ਇੰਪੈਕਟ ਹੈ ਪੈ ਸਕੇ। ਅਤੇ ਮੇਨ ਮਕਸਦ ਹੈ ਕਿ ਜੇ ਪੜ੍ਹੇ ਲਿਖੇ ਬੱਚੇ ਹੋਣਗੇ, ਪੜ੍ਹਿਆ ਲਿਖਿਆ ਭਵਿੱਖ ਹੋਏਗਾ, ਤਾਂ ਉਸ ਨਾਲ ਹੈ ਇੱਕ ਨਵੇਂ ਹਿੰਦੁਸਤਾਨ ਦੀ ਅਤੇ ਨੌਲੇਜ ਬੇਸਡ ਇਕਾਨਮੀ ਦੀ ਹੈ ਸਥਾਪਨਾ ਫਾਊਂਡੇਸ਼ਨ ਹੈ ਰੱਖੀ ਜਾਏਗੀ। ਫਿਰ ਉਸ ਤੋਂ ਬਾਅਦ ਸੱਤਵਾਂ ਪ੍ਰਸ਼ਨ ਹੈ ਜੀ, IMF ਦੇ ਨਵੇਂ ਡੈਪਟੀ ਮੈਨੇਜਿੰਗ ਡਾਇਰੈਕਟਰ ਹੈ ਕੌਣ ਬਣੇ ਨੇ? ਤਾਂ ਇਸਦਾ ਜੋ ਜ਼ਿਕਰ ਹੈ ਪਹਿਲਾਂ ਵੀ ਮੈਂ ਕਰ ਚੁੱਕਿਆ ਹਾਂ ਦੋਸਤੋ, ਆਲਰੇਡੀ ਜੋ ਉਸਦੇ ਡੈਪਟੀ ਮੈਨੇਜਿੰਗ ਡਾਇਰੈਕਟਰ ਨੇ ਜੋਫਰੇ, ਉਹਨਾਂ ਨੇ ਅਨਾਊਂਸ ਕਰ ਦਿੱਤਾ ਹੈ ਕਿ ਅਗਲੇ ਸਾਲ ਦੀ ਸ਼ੁਰੂਆਤੀ ਦਿਨਾਂ ਦੇ ਵਿੱਚ ਉਹ ਰਿਟਾਇਰ ਹੋ ਜਾਣਗੇ, ਅਤੇ ਉੱਥੋਂ ਦੀ ਜੋ ਚੀਫ ਜੋ ਇਕਨੋਮਿਕ ਐਡਵਾਈਜ਼ਰ ਸੀ ਇੰਡੀਅਨ ਓਰੀਜਨ ਮੈਸੂਰ ਦੀ ਇਹ ਮਿਡਲ ਕਲਾਸ ਦੀ ਲੜਕੀ ਜਿਸਦਾ ਨਾਮ ਹੈ ਗੀਤਾ ਗੋਪੀਨਾਥ ਹੈ, ਇਹ IMF ਦੀ ਨਵੀਂ ਡੈਪਟੀ ਮੈਨੇਜਿੰਗ ਡਾਇਰੈਕਟਰ ਹੈ ਬਣ ਚੁੱਕੀ ਹੈ। ਇਹਨਾਂ ਦੀ ਤਸਵੀਰ ਹੈ ਜੋ ਹੈ ਤੁਸੀਂ ਦੇਖ ਹੀ ਰਹੇ ਹੋ, ਜੋਫਰੀ ਓਕੋਮੋਟਾ ਹੈ ਜੋ ਹੈ ਉਹਨਾਂ ਨੂੰ ਰਿਪਲੇਸ ਕਰਨਗੀਆਂ, ਅਤੇ ਦੋਸਤੋ ਫਰੋਮ ਮਿਡਲ ਕਲਾਸ ਮੈਸੂਰੂ ਗਰਲ ਐਟ ਨੰਬਰ 2 ਐਟ IMF, ਉਮੀਦ ਕਰਾਂਗੇ ਬਹੁਤ ਜਲਦੀ ਇਹ ਨੰਬਰ 1 ਵੀ ਹੋ ਜਾਣਗੇ। ਤਾਂ ਚਾਹੇ ਟਵਿੱਟਰ ਦਾ ਜੋ ਹੈ ਟਵਿੱਟਰ ਦੇ CEO ਹੋਣ, ਚਾਹੇ ਗੂਗਲ ਦੇ ਵਿੱਚ ਹੋਵੇ ਗੱਲ, ਚਾਹੇ ਦੁਨੀਆ ਦੀ ਕਿਸੇ ਵੀ ਵੱਡੀ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਹੋਵੇ, ਹੁਣ ਹਿੰਦੁਸਤਾਨੀਆਂ ਦਾ ਜੋ ਨਾਮ ਹੈ ਬਿਲਕੁਲ ਟੌਪ ਮੋਸਟ ਪੋਜੀਸ਼ਨ 'ਤੇ ਆ ਚੁੱਕਿਆ ਹੈ ਜੀ। ਫਿਰ ਦੋਸਤੋ ਅਗਲਾ ਜੋ ਕੁਸ਼ਚਨ ਹੈ ਨੇਵੀ ਡੇ ਨਾਲ ਜੁੜਿਆ ਹੋਇਆ, ਤਾਂ ਨੇਵੀ ਡੇ ਹਰ ਸਾਲ ਅਸੀਂ 10 December ਨੂੰ ਓਬਜ਼ਰਵ ਕਰਦੇ ਹਾਂ, ਅਤੇ ਇਸ ਦਾ ਜੋ ਥੀਮ ਹੈ ਇੰਡੀਅਨ ਨੇਵੀ ਕੰਬੈਟ ਰੈਡੀ ਕ੍ਰੈਡੀਬਲ ਐਂਡ ਕੋਹੈਸਿਵ ਹੈ। ਤਾਂ ਉਮੀਦ ਕਰਦੇ ਹਾਂ ਤੁਸੀਂ ਆਂਸਰ ਇਸ ਦਾ ਜਲਦੀ ਦੇਵੋਗੇ, 2-3 ਵਾਰ ਇਸ ਦਾ ਅਸੀਂ ਜ਼ਿਕਰ ਵੀ ਕਰ ਚੁੱਕੇ ਹਾਂ। ਨੇਵੀ ਡੇ ਕਦੋਂ ਹੁੰਦਾ ਹੈ ਦੋਸਤੋ? 4 December ਨੂੰ ਹੁੰਦਾ ਹੈ। ਇਹ ਦੋਨੋਂ ਹੀ ਪੁਆਇੰਟ ਗਲਤ ਨੇ, ਕਿਉਂਕਿ ਇਸ ਸਾਲ ਦਾ ਜੋ ਥੀਮ ਸੀ ਨੇਵੀ ਡੇ ਦਾ, ਦੈਟ ਵਾਜ਼ ਦਾ ਸਵਰਨਿਮ ਵਿਜੇ ਵਰਸ਼, ਕਿਉਂਕਿ ਅਸੀਂ 50 ਸਾਲ ਸੈਲੀਬ੍ਰੇਟ ਕਰ ਰਹੇ 1971 ਦੀ ਜੰਗ ਨੂੰ, ਕਿਉਂਕਿ 4 December ਦੀ ਰਾਤ ਨੂੰ ਹੀ ਜੋ ਹੈ 1971 ਦੇ ਵਿੱਚ ਇੰਡੀਅਨ ਨੇਵੀ ਨੇ ਇੱਕ ਬਹੁਤ ਹਮਲਾਵਰ ਜੋ ਹੈ ਅਟੈਕ ਕੀਤਾ ਸੀ ਕਰਾਚੀ ਪੋਰਟ ਦੇ ਉੱਪਰ, ਕਰਾਚੀ ਦੇ ਹਾਰਬਰ ਪੋਰਟ ਦੇ ਉੱਪਰ, ਅਤੇ ਉਹਨਾਂ ਨੂੰ ਜੋ ਹੈ ਸ਼ੁਰੂਆਤੀ ਦੌਰ ਦੇ ਵਿੱਚ ਇਸ ਜੰਗ ਦੇ ਵਿੱਚ ਬਹੁਤ ਵੱਡੀ ਬੜਤ ਹੈ ਹਾਸਲ ਕਰ ਲਈ ਸੀ। ਤਾਂ 50 ਸਾਲ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਸਵਰਨਿਮ ਵਿਜੇ ਵਰਸ਼, ਅਤੇ ਇਸੇ ਉਪਲਕਸ਼ ਦੇ ਵਿੱਚ ਇੰਡੀਅਨ ਨੇਵੀ ਨੇ ਜੋ ਗੇਟਵੇ ਆਫ ਇੰਡੀਆ ਹੈ ਮੁੰਬਈ ਦੇ ਵਿੱਚ ਦੋਸਤੋ, ਉੱਥੇ ਅੱਜ ਤੱਕ ਦਾ ਸਭ ਤੋਂ ਵੱਡਾ ਜੋ ਤਿਰੰਗਾ ਝੰਡਾ, ਜਿਸਦੀ ਜੋ ਲੈਂਥ ਹੈ 225 feet ਹੋਵੇ, ਚਾਹੇ ਉਹਦੀ ਵਿਡਥ 150 feet ਹੋਵੇ, ਤਾਂ ਉਸ ਨੂੰ ਹੈ ਲਹਿਰਾ ਕੇ ਨੇਵੀ ਡੇ ਹੈ ਇਸ ਸਾਲ ਸੈਲੀਬ੍ਰੇਟ ਕੀਤਾ, ਅਤੇ ਇਸ ਸਾਲ ਦਾ ਜੋ ਥੀਮ ਦੈਟ ਇਜ਼ ਦਾ ਸਵਰਨਿਮ ਵਿਜੇ ਵਰਸ਼। ਫਿਰ 9th ਪ੍ਰਸ਼ਨ,
कमल देवी चट्टोपाध्याय NIF बुक प्राइज़ है रीसेंटली जो है मिलया है, बड़ा इंपॉर्टेंट लिटरेचरी प्राइज़ है। ए, ए साल है किस नू मिलया है जी, तो इस साल इन्होंने विचों किस बुक नू है मिलया है, द मैन हू नो इनफिनिटी, जो दोस्तों ये रामानुजन जो इंटरनेशनल मैथमैटिक्स डे इन्हों का बर्थडे ऑबजर्व भी करते हैं 22 दिसंबर नू, उन्होंने मिलया है ब्रदर अगेंस्ट द राज गोल्डन थ्रेशोल्ड एंड नेहरू जी पॉइंटर ऑफ इंडियन नैशनलिज्म। तो इस बार जो ये इनाम है दोस्तों ये दादा भाई नेहरू जी की ऑटोबायोग्राफी नेहरू जी नू मिले है, जो इस साल जो जो लिखी जो है दोस्तों 2020 इस नू दिनयार पटेल जी ने लिखा सी, दादा भाई नेहरू जी की जो है जो ऑटोबायोग्राफी। ऑर्गनाइजर्स न्यू इंडिया फाउंडेशन ये अवार्ड है जो NIF ये प्रोवाइड करती है, जिसके नॉन फिक्शन जो लिटरेचर है उसको प्रमोट किया जाता है, उसकी क्वालिटी के उपर काम कराया जाता है, जिस 15 लाख का इनाम और एक ट्रॉफी दी जाती है। इस साल के जो विनर ने दिनयार पटेल जिन्होंने ये जो बुक है जिसका नाम है पायनियर ऑफ इंडियन नैशनलिज्म नेहरू जी वह लिखा जी। तो दोस्तों जो है यह जो है साड़ा नौवां प्रश्न से आखिरी प्रश्न से, उम्मीद करते हैं कि सारे के सारे क्वेश्चन चंगे तरीके समझ भी आ गए होंगे। इसकी जो PDF है आफ्टर द क्लास मतलब मैं लगभग 8 या 8:30 के करीब है दोस्तों जो है टैलीग्राम से शेयर भी कर देना, तो यह पूरी PDF है प्राप्त करनी तुम सा टैलीग्राम भी ज्वाइन कर सकते हो, और ही PSC का जो पेपर है बहुत नज़दीक आ चुका है, उस जुड़ी जो टेस्ट सीरीज है जो असी लॉन्च की हुई है काफ़ी दिनों की, उसनों भी तुम एक अफोर्डेबल प्राइस से है बाय कर सकते हो, जिसका जो लिंक है मैं काफ़ी बार है टेलीग्राम चैनल से शेयर भी करता हूँ। बहुत बहुत धन्यवाद, थैंक यू।